ਸਤਿ ਸ਼੍ਰੀ ਅਕਾਲ ਪ੍ਰੋਗਰਾਮ ਸਾਡੀ ਖੇਤੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਜਸਮੀਤ ਕੌਰ ਅਤੇ ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਦੇ ਵਿੱਚ ਜਿੱਥੇ ਕਿ ਕਿਸਾਨ ਮੁਹੰਮਦ ਗਫੂਰ ਦੇ ਵੱਲੋਂ ਵੱਡੇ ਪੱਧਰ 'ਤੇ ਸਬਜ਼ੀਆਂ ਦੀ ਖੇਤੀ ਕੀਤੀ ਜਾ ਰਹੀ ਹੈ, ਨਾਲ ਹੀ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਉਹ ਦੇਸ਼ ਦੇ ਜਵਾਨਾਂ ਦੀ ਸੇਵਾ ਕਰ ਰਹੇ ਨੇ। ਮੁਹੰਮਦ ਗਫੂਰ ਸਾਹਿਬ ਸਾਡੇ ਨਾਲ ਇਸ ਵਕਤ ਮੌਜੂਦ ਨਹੀਂ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਗਫੂਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ। ਸ਼ੁਕਰੀਆ। ਗਫੂਰ ਸਾਹਿਬ, ਤੁਹਾਨੂੰ ਕਿੰਨਾ ਸਮਾਂ ਹੋ ਗਿਆ ਸਬਜ਼ੀਆਂ ਦੀ ਖੇਤੀ ਕਰਦੇ ਹੋਏ? ਮੈਡਮ, ਅਸੀਂ 1983 ਤੋਂ ਮੈਂ ਖੇਤੀ ਕਰਦਾ ਹੁਣੇ। ਪਹਿਲਾਂ ਮੈਂ ਛੋਟੇ ਲੈਵਲ ਤੋਂ ਖੇਤੀ ਕਰਦਾ ਸੀ, ਬਹੁਤ ਹੀ 5-6 ਕਿੱਲਿਆਂ ਤੋਂ ਤਕਰੀਬਨ। ਉਸ ਤੋਂ ਬਾਅਦ ਮੈਂ 2000 ਦੇ ਵਿੱਚ 20-22 ਕਿੱਲੇ ਠੇਕੇ 'ਤੇ ਲੈਤੇ। ਜ਼ਮੀਨ ਅਸੀਂ ਠੇਕੇ 'ਤੇ ਹੀ ਲੈਂਦੇ ਹਾਂ, ਜਿੰਨੀ ਵੀ ਆ ਜੀ ਜ਼ਮੀਨ ਆਪਣੇ ਕੋਲ। ਓਨਲੀ 1-20 ਕਿੱਲਾ ਮਲੇ ਕੋਲ, 6 ਕਿੱਲੇ ਆਪਣੇ ਘਰ ਦੇ ਨੇ। ਪਟਿਆਲੇ ਦੇ ਵਿੱਚ ਸਾਡੇ ਕੋਲ ਬਿਲਕੁਲ ਜ਼ਮੀਨ ਹੈ ਨਹੀਂ, ਅਤੇ ਠੇਕੇ 'ਤੇ ਲੈ ਕੇ ਅਸੀਂ ਖੇਤੀ ਕਰਦੇ ਹਾਂ ਜੀ। ਅਤੇ ਹੌਲੀ ਹੌਲੀ ਮੈਂ ਵਧਾਉਂਦਾ 30-35 ਕਿੱਲਿਆਂ ਤੋਂ ਅੱਜ ਮੈਂ 65 ਕਿੱਲਿਆਂ 'ਚ ਖੇਤੀ ਕਰ ਰਿਹਾ। ਬਾਕੀ ਮੈਂ ਸਬਜ਼ੀਆਂ ਸਾਰੀਆਂ ਤਿਆਰ ਕਰਦਾ, ਜ਼ਿਆਦਾ ਸਬਜ਼ੀਆਂ ਤਿਆਰ ਕਰਕੇ ਤਕਰੀਬਨ ਮੈਂ ਆਰਮੀ ਦੀ ਸੇਵਾ ਕਰਦਾ ਜੀ। ਅਤੇ ਗਫੂਰ ਸਾਹਿਬ, ਜਿਵੇਂ ਤੁਹਾਡੇ ਕੋਲ ਆਪਦੀ ਕਿੰਨੀ ਕੁ ਜ਼ਮੀਨ ਰੱਖੀ ਹੋਈ ਤੁਸੀਂ? ਸਾਡੀ ਤਾਂ ਆਪਣੀ ਮਲੇਕ ਕੋਲ ਆਈ 6 ਕਿੱਲੇ, ਉਹ ਠੇਕੇ 'ਤੇ ਦਿੱਤੀ ਹੋਈ ਆ ਤਾਇਕਿਆਂ ਕੋਲ ਹੀ ਆ। ਘਟਦਾ ਵੀ ਰਹਿੰਦਾ ਜੀ, ਇਹ ਆਪਣੇ ਜ਼ਮੀਨ ਮਾਲਕ ਦੇ ਉੱਤੇ ਆ ਵੀ ਸਾਨੂੰ ਘੱਟ ਦਿੰਦਾ ਵੱਧ ਦਿੰਦਾ, ਕਿਉਂਕਿ ਸਾਲ ਬਾਅਦ 2-3 ਹਜ਼ਾਰ ਰੁਪਇਆ ਵੱਧਦਾ ਹੀ ਆ, ਘੱਟਦਾ ਤਾਂ ਕਦੇ ਹੈ ਨਹੀਂ, ਕਿਉਂਕਿ ਫਸਲਾਂ ਦੇ ਰੇਟ ਵੱਧ ਜਾਂਦੇ ਨੇ ਕਣਕ ਜੀਰੀ ਦੇ। ਹਾਂ, ਕਦੇ ਘੱਟ ਜਾਂਦੇ, ਨਹੀਂ ਘੱਟਦਾ ਤਾਂ ਜੀ ਕਦੇ ਹੈ ਹੀ ਨਹੀਂ ਸਬਜ਼ੀਆਂ ਨਾ, ਠੇਕੇ ਦਾ ਰੇਟ ਸਬਜ਼ੀਆਂ ਦਾ ਜੀ ਘਾਟਾ ਵੱਧ ਚੱਲਦਾ ਹੀ ਰਹਿੰਦਾ ਜੀ। ਸਬਜ਼ੀ ਦਾ ਰੇਟ ਕਦੇ 20 ਰੁਪਏ ਕਿਲੋ ਆ ਗਿਆ, ਕਦੇ 5 ਰੁਪਏ ਕਿਲੋ ਆ ਗਿਆ, ਕਦੇ 2 ਰੁਪਏ ਕਿਲੋ ਆ ਗਿਆ ਜੀ। ਲੇਕਿਨ ਜ਼ਿਆਦਾ ਮੈਂ ਸਬਜ਼ੀ ਆਰਮੀ ਵਾਲਿਆਂ ਨਾਲ ਹੀ ਐਗਰੀਮੈਂਟ ਕਰਕੇ ਲਾਉਣਾ ਜੀ। ਜਿਵੇਂ ਅਸੀਂ ਤੁਹਾਡੇ ਖੇਤ ਦੇ ਵਿੱਚ ਇੱਥੇ ਪਹੁੰਚੇ ਹਾਂ ਨਾ, ਤਾਂ ਇੱਥੇ ਤੁਸੀਂ ਅਸੀਂ ਦੇਖ ਸਕਦੇ ਹਾਂ ਕਿ ਤੁਸੀਂ ਬਸ ਤਰ੍ਹਾਂ ਤਰ੍ਹਾਂ ਦੀ ਜਿਹੜੀਆਂ ਸਬਜ਼ੀਆਂ ਉਗਾਈਆਂ ਹੋਈਆਂ, ਤੁਸੀਂ ਕਣਕ, ਝੋਨਾ, ਇਹ ਤੁਸੀਂ ਕਦੇ ਕਰਦੇ ਨਹੀਂ ਜਿਵੇਂ ਤੁਸੀਂ ਦੱਸਿਆ ਗੱਲਬਾਤ ਕਰਦੇ ਹੋਏ ਨਾ ਪਹਿਲਾਂ, ਤਾਂ ਉਹਦੇ ਪਿੱਛੇ ਕੀ ਕਾਰਨ ਵੀ ਤੁਸੀਂ ਸਬਜ਼ੀਆਂ ਦੀ ਖੇਤੀ ਕਰਨੀ ਕਿਉਂ ਸਿਲੈਕਟ ਕੀਤਾ? ਦੇਖੋ ਜੀ, ਕਣਕ ਜੀਰੀ ਦੇ ਵਿੱਚ ਹੈ ਨਹੀਂ ਕੁਛ, ਉਹ ਤੁਹਾਡਾ ਠੇਕਾ ਹੀ ਪੂਰਾ ਕਰੂਗਾ, ਤੁਹਾਨੂੰ 5-7 ਹਜ਼ਾਰ ਰੁਪਇਆ ਬੈਨੀਫਿਟ ਮਿਲੂਗਾ ਕਿੱਲੇ ਕਾ। ਪਰ ਕਈ ਕਿਸਾਨ ਕਹਿੰਦੇ ਨੇ ਵੀ ਸਬਜ਼ੀਆਂ ਦੇ ਵਿੱਚ ਇੰਨਾ ਨਹੀਂ ਮਿਲਦਾ ਤਾਂ ਕਰਕੇ ਉਹ ਰਵਾਇਤੀ ਖੇਤੀ ਕਰਦੇ ਨੇ। ਨਹੀਂ ਨਹੀਂ ਮੈਡਮ, ਅਗਰ ਸਬਜ਼ੀ ਦੀ ਖੇਤੀ ਆਪ ਉਹ ਖੁਦ ਕਰਨਗੇ, ਜੋ ਲੇਬਰ ਦੇ ਸਿਰ 'ਤੇ ਛੱਡਣਗੇ, ਫਿਰ ਨਹੀਂ ਹੈਗਾ ਕੁਛ। ਜੇ ਖੁਦ ਕੰਮ ਨਾਲ ਖੇਤ ਦੇ ਵਿੱਚ ਕਰਨਗੇ, ਜਿਵੇਂ ਮੈਂ ਲੇਬਰ ਦੇ ਨਾਲ ਲੱਗ ਕੇ ਕੰਮ ਕਰਾਉਣਾ, ਫਿਰ ਸਭ ਕੁਛ ਹੈ। ਜਿਵੇਂ ਤੁਸੀਂ ਹੁਣ 65 ਕਿੱਲਿਆਂ ਦੇ ਵਿੱਚ ਤੁਸੀਂ ਇਹ ਆਪਣੀ ਪੂਰੀ ਇੱਥੇ ਖੇਤੀ ਕਰ ਰਹੇ ਹੋ ਹੈ ਨਾ, ਤਾਂ ਤੁਹਾਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਹੈਗਾ ਵੀ ਤੁਸੀਂ 65 ਕਿੱਲਿਆਂ ਦੇ ਵਿੱਚ ਖੇਤੀ ਕਰਦੇ ਹੋਏ ਤੁਸੀਂ ਹੋਰਾਂ ਨੂੰ ਵੀ ਰੁਜ਼ਗਾਰ ਦਿੱਤਾ ਹੈ, ਉਹਦੇ ਪਿੱਛੇ ਕੀ ਕਾਰਨ ਹੈ ਵੀ ਇੰਨੇ ਤੁਸੀਂ ਸਿੰਪਲੀਸਿਟੀ ਤੁਹਾਡੇ 'ਚ ਹੈਗੀ ਆ? ਦੇਖੋ ਮੈਡਮ, ਮੈਨੂੰ ਖੇਤੀ ਦਾ ਸ਼ੌਂਕ ਹੈ, ਲੇਬਰ ਮੇਰੇ ਕੋਲ ਤਕਰੀਬਨ 20-22 ਸਾਲ ਤੋਂ ਉਹੀ ਲਗਾਤਾਰ ਚੱਲ ਰਹੀ ਹੈ ਉਰੇ ਪਟਿਆਲੇ ਦੇ ਵਿੱਚ। ਹਾਂ, ਇਹ 20-25 ਜਣੀਆਂ ਨੇ ਹੁਣ ਮੇਰੇ ਕੋਲ, 15 ਦਿਨਾਂ ਨੂੰ ਮੇਰੇ ਕੋਲ 50 ਤੋਂ ਲੈ ਕੇ 60 ਜਣੀਆਂ ਹੋ ਜਾਣਗੀਆਂ, ਸਬਜ਼ੀ ਚੱਲ ਪੈਣੀ ਆ, ਕਰੇਲਾ ਚੱਲ ਪੈਣਾ, ਬੰਦ ਗੋਭੀ ਮੈਂ ਸ਼ੁਰੂ ਕਰ ਚੁੱਕਿਆ ਆਰਮੀ ਨੂੰ, ਅਤੇ ਪਿਆਜ਼ ਅਤੇ ਆਪਣੇ ਬੈਂਗਣ ਹੈ, ਅਤੇ ਤਰਬੂਜ ਲੱਗੇ ਹੋਏ ਆ, ਖਰਬੂਜਾ ਲੱਗੇ ਹੋਏ ਆ, ਇਹ ਆਈਟਮਾਂ ਮੇਰੀਆਂ ਚੱਲ ਪੈਣਗੀਆਂ, ਮੇਰੇ ਕੋਲ ਲੇਬਰ ਮੈਨੂੰ ਵਧਾਉਣੀ ਪੈਣੀ ਹੈ ਜੀ। ਅਤੇ ਗਫੂਰ ਸਾਹਿਬ, ਇਸ ਵਕਤ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਸਬਜ਼ੀਆਂ ਅਸੀਂ ਦੇਖ ਸਕਦੇ ਹਾਂ ਵੀ ਖੇਤ ਦੇ ਵਿੱਚ ਲੱਗੀਆਂ ਹੋਈਆਂ ਨੇ?
ਪੱਤਾ ਗੋਭੀ ਲੱਗੀ ਹੋਈ ਆ ਜੀ 10-12 ਕਿੱਲੇ ਤਾਂ, 5-6 ਕਿੱਲੇ ਕਰੇਲਾ ਲੱਗੇ ਹੋਏ ਆ, 6-7 ਕਿੱਲੇ ਬੈਂਗਣ ਲੱਗੇ ਹੋਏ ਆ, 2 ਕਿੱਲੇ ਪਿਆਜ਼ ਲੱਗੇ ਹੋਏ ਆ। ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਫਰੂਟ ਹੈ ਉਹ ਤਰਬੂਜ ਹੈ ਅਤੇ ਖਰਬੂਜਾ। ਹਾਂਜੀ, ਇਹ ਚੀਜ਼ਾਂ ਹੁਣ ਲੱਗੀਆਂ ਨੇ। ਤੇ ਅਗਲੇ ਜਿਹੜੇ ਆਉਣ ਵਾਲੇ ਮਹੀਨੇ ਨੇ ਉਹਦੇ ਵਿੱਚ ਥੋੜੀ ਕਿਹੜੀ ਕਿਹੜੀ ਸਬਜ਼ੀਆਂ ਨੇ, ਜਦੋਂ ਇਹ ਸਬਜ਼ੀਆਂ ਜਦੋਂ ਇਹਨਾਂ ਦਾ ਸੀਜ਼ਨ ਚਲਾ ਗਿਆ ਉਦੋਂ ਬਾਅਦ? ਇਹ ਦੇਖੋ ਜੀ, ਹੁਣ ਜਿਹੜੀਆਂ ਗਰਮੀ ਵਾਲੀਆਂ ਸਬਜ਼ੀਆਂ ਨੇ ਇਹ ਨੇ, ਉਸ ਤੋਂ ਬਾਅਦ ਬਰਸਾਤ ਵੇਲੇ ਜਿਹੜੇ ਨੀਵੇਂ ਖੱਤੇ ਨੇ ਉੱਥੇ ਦਾ ਜੀਰੀ ਲਾ ਦੂੰਗਾ। ਕੁਛ ਮੈਂ ਤਕਰੀਬਨ 50% ਸਬਜ਼ੀਆਂ ਲਾਊਂਗਾ, ਉਹਨਾਂ ਦੇ ਵਿੱਚ ਮੈਂ ਬਤਾਊਂ ਲਾਊਂਗਾ, ਖੀਰਾ ਲਾਊਂਗਾ, ਕੁਛ ਮੈਂ ਤਰਬੂਜ ਵੀ ਲਾਊਂਗਾ ਕਿਉਂਕਿ ਪਿਛਲੇ ਸਾਲ ਮੈਨੇ ਲਾਇਆ ਸੀ ਤਰਬੂਜ, ਮੈਨੂੰ ਬਹੁਤ ਬੈਨੀਫਿਟ ਰਿਹਾ। ਹਾਂਜੀ, ਤੇ ਕਪੂਰ ਸਾਹਿਬ ਜਿਹੜਾ ਮੰਡੀਕਰਨ ਆ ਫਿਰ ਤੁਸੀਂ ਸਬਜ਼ੀਆਂ ਦਾ, ਉਹ ਕਿਵੇਂ ਕਰਦੇ ਹੋ? ਤੁਹਾਡਾ ਕੋਈ ਮਤਲਬ ਕਿ ਤੁਸੀਂ ਮੰਡੀ 'ਚ ਜਾ ਕੇ ਸੇਲ ਕਰਕੇ ਆਉਂਦੇ ਹੋ, ਠੇਕੇ 'ਤੇ ਦਿੰਦੇ ਹੋ, ਆਪਣਾ ਠੇਕੇਦਾਰ ਨੂੰ ਦੇ ਦਿੰਦੇ ਹੋ ਜਾਂ ਕਿਵੇਂ ਆ? ਨਹੀਂ ਜੀ, ਮੈਂ ਜ਼ਿਆਦਾ ਤਕਰੀਬਨ ਚੰਡੀਗੜ੍ਹ ਏਅਰਪੋਰਟ 'ਤੇ ਠੇਕੇਦਾਰ ਨੂੰ ਹੀ ਦਿੰਦਾ ਜੀ, ਆਰਮੀ ਵਾਸਤੇ ਜਿਹੜੀ ਇਹ ਸਬਜ਼ੀਆਂ ਨੇ, ਉਹਨਾਂ ਨਾਲ ਪਹਿਲਾਂ ਮੇਰੇ ਐਗਰੀਮੈਂਟ ਹੋ ਜਾਂਦੇ ਨੇ, ਉਹਨਾਂ ਨੂੰ ਮੈਂ ਸਬਜ਼ੀਆਂ ਤਿਆਰ ਕਰਕੇ ਦਿੰਦਾ। ਹਾਂਜੀ ਠੀਕ ਹੈ, ਉਹ ਪਹਿਲਾਂ ਤੁਹਾਡੇ ਕੋਲ ਐਗਰੀਮੈਂਟ ਹੋ ਜਾਂਦਾ, ਉਸ ਤੋਂ ਬਾਅਦ ਤੁਸੀਂ ਸਬਜ਼ੀਆਂ ਜਿਹੜੀਆਂ ਉਹਨਾਂ ਦੇ ਲਈ ਉਹ ਸਪਲਾਈ ਕਰਦੇ ਹੋ? ਹਾਂਜੀ ਹਾਂ, ਜਿੰਨਾ ਉਹਨਾਂ ਦਾ ਹੁੰਦੀ ਹੈ ਵੀ ਇੰਨਾ ਸਾਨੂੰ ਸਬਜ਼ੀ ਚਾਹੀਦੀ ਹੈ, ਉਨੀਆਂ ਮੈਂ ਉਹਨਾਂ ਨੂੰ ਦਿੰਦਾ ਤਿਆਰ ਕਰਕੇ, ਬਾਕੀ ਜੇ ਮਾੜੀ ਮੋਟੀ ਬਚਦੀ ਆ ਤਾਂ ਮੰਡੀਆਂ 'ਚ ਵੇਚ ਦਈਦੀ ਹੈ ਜੀ। ਤੁਹਾਨੂੰ ਇਹਦੇ 'ਚ ਮੁਨਾਫਾ ਕਿਵੇਂ ਮਿਲਦਾ ਫਿਰ? ਦੇਖੋ, ਜਿਹੜੀ ਅਸੀਂ ਮੰਡੀ 'ਚ ਵੇਚਦੇ ਹਾਂ ਉਹ 'ਚ ਤਾਂ ਸਾਨੂੰ ਵਧੀਆ ਪ੍ਰੋਫਿਟ ਹੋ ਜਾਂਦਾ, ਲੇਕਿਨ ਜਿਹੜਾ ਮੇਰਾ ਆਰਮੀ ਨਾਲ ਐਗਰੀਮੈਂਟ ਹੋ ਜਾਂਦਾ ਉਹਦੇ ਵਿੱਚ ਮੈਨੂੰ ਉਹਨਾਂ ਨੂੰ ਸਬਜ਼ੀਆਂ ਦੇਣੀਆਂ ਪੈਂਦੀਆਂ ਨੇ ਜੀ, ਕਿਉਂਕਿ ਇੱਕ ਤਾਂ ਉਹ ਆਪਣੇ ਦੇਸ਼ ਦੀ ਸੇਵਾ ਕਰਦੇ ਨੇ, ਮੈਂ ਉਹਨਾਂ ਦੀ ਸੇਵਾ ਕਰਦਾ, ਉਹਦੇ ਵਿੱਚ ਮੈਨੂੰ ਬਹੁਤ ਹੀ ਘੱਟ ਲੌਸ ਆਉਂਦਾ ਕਿਉਂਕਿ ਮੇਰਾ ਲੇਬਰ ਦਾ ਖਰਚਾ ਨਿਕਲ ਆਉਂਦਾ, ਜ਼ਮੀਨ ਦਾ ਠੇਕਾ ਨਿਕਲ ਆਉਂਦਾ, ਮੈਨੂੰ ਇੰਨਾ ਹੀ ਬਹੁਤ ਆ। ਹਾਂਜੀ ਹਾਂ, ਆਪਣੇ ਲਈ ਕੁਛ ਬਹੁਤ ਘੱਟ ਜੀ, ਜਿਹੜੀ ਮੈਂ ਆਰਮੀ ਨੂੰ ਦਿੰਦਾ ਕਿਉਂਕਿ ਉਹਨਾਂ ਦਾ ਰੇਟ ਮੇਰੇ ਬਹੁਤ ਘੱਟ ਹੋ ਜਾਂਦੇ ਨੇ ਜੀ, ਕਿਉਂਕਿ ਉਹ ਲੋਕ ਆਪਣੇ ਦੇਸ਼ ਦੀ ਸੇਵਾ ਕਰਦੇ ਨੇ, ਮੈਂ ਉਹਨਾਂ ਦੀ ਸੇਵਾ ਕਰਦਾ। ਬਹੁਤ ਵਧੀਆ, ਸ਼ਲਾਘਾਯੋਗ ਕਦਮ ਹੈ ਤੁਹਾਡਾ ਜਿਸ ਤਰ੍ਹਾਂ ਦੇ ਨਾਲ ਤੁਸੀਂ ਉਹਨਾਂ ਦੀ ਸੇਵਾ ਕਰ ਰਹੇ ਹੋ, ਕਿ ਬਹੁਤ ਘੱਟ ਲੋਕ ਹੁੰਦੇ ਨੇ, ਕਿਉਂਕਿ ਜ਼ਿਆਦਾਤਰ ਇਹੀ ਦੇਖਿਆ ਜਾਂਦਾ ਕਿ ਜਿਹੜੇ ਸਾਡੇ ਫੌਜੀ ਜਵਾਨ ਨੇ ਉਹ ਸਾਡੇ ਲਈ ਉੱਥੇ ਰੱਖਿਆ ਕਰਦੇ ਨੇ ਇੱਥੇ ਸਰਹੱਦ ਦੇ ਉੱਤੇ, ਪਰ ਉੱਥੇ ਹੀ ਜਿਹੜੇ ਅਜਿਹੇ ਲੋਕ ਨੇ ਜਿਹੜੇ ਉਹ ਵੀ ਸੇਵਾ ਕਰ ਰਹੇ ਨੇ, ਅਤੇ ਨਾਲ ਹੀ ਉਹ ਸਾਡੀ ਵੀ ਸੇਵਾ ਕਰ ਰਹੇ ਨੇ, ਅਤੇ ਨਾਲ ਦੀ ਨਾਲ ਉਹ ਜਿਹੜੇ ਫੌਜ ਦੇ ਜਵਾਨ ਨੇ ਉਹਨਾਂ ਦੀ ਵੀ ਉਹ ਸੇਵਾ ਦੇ ਵਿੱਚ ਰੁੱਝੇ ਹੋਏ ਨੇ, ਅਤੇ ਬਹੁਤ ਖੁਸ਼ੀ ਹੋਈ ਹੈ ਇਹ ਗੱਲ ਸੁਣ ਕੇ। ਅਤੇ ਕਪੂਰ ਸਾਹਿਬ ਜਿਸ ਤਰ੍ਹਾਂ ਅੱਗੇ ਗੱਲ ਕਰੀਏ, ਜਿਹੜੀ ਤੁਹਾਡੇ ਕੋਲ ਇਸ ਵਕਤ ਜਿਹੜੀ ਅਸੀਂ ਬੰਦ ਗੋਭੀ ਦੇਖ ਸਕਦੇ ਹਾਂ, ਬੰਦ ਗੋਭੀ ਦਾ ਜਿਹੜਾ ਫੁੱਲ ਹੈ ਉਹ ਕੱਟ ਲਿਆ ਜਾਂਦਾ ਜਦੋਂ ਵੇਚਣਾ ਹੁੰਦਾ, ਤਾਂ ਜਿਹੜਾ ਜਿਹੜੇ ਇਹਦੇ ਪੱਤੇ ਬਚਦੇ ਆ ਫਿਰ ਉਹਦਾ ਤੁਸੀਂ ਕੀ ਕਰਦੇ ਹੋ? ਉਹ ਅਸੀਂ ਵਿੱਚ ਵਾਹੀ ਕਰ ਦਿੰਦੇ ਹਾਂ ਜੀ। ਹਾਂ, ਉਹਦੇ ਨਾਲ ਹਰੀ ਖਾਦ ਪੈ ਜਾਂਦੀ ਹੈ ਜੀ, ਖੱਤਾ ਤਕੜਾ ਹੋ ਜਾਂਦਾ, ਸਿਰਫ ਅਸੀਂ ਫੁੱਲ ਫੁੱਲ ਕੱਢਦੇ ਹਾਂ। ਲੇਕਿਨ ਜਿਹੜੀ ਮੈਂ ਆਰਮੀ ਨੂੰ ਦਿੰਦਾ ਉਹ ਬਿਲਕੁਲ ਕੋਈ ਇੱਕ ਵੀ ਪੱਤਾ ਨਹੀਂ ਜਾਂਦਾ, ਕਿਉਂਕਿ ਜੇ ਉਹ ਪੱਤਾ ਚਲਿਆ ਗਿਆ ਉੱਥੇ ਆਪਣੇ ਲੇਹ ਦਾਗ ਜਾਂਦਾ ਜੀ, ਉਹ ਪੱਤਾ ਨੁਕਸਾਨ ਕਰੂਗਾ ਜੀ, ਸਿਰਫ ਉੱਥੇ ਇਕੱਲਾ ਓਨਲੀ ਫੁੱਲ ਜਾਊਗਾ ਇਕੱਲਾ। ਹਾਂਜੀ, ਇੱਕ ਪਾਸੇ ਅਸੀਂ ਦੇਖ ਸਕਦੇ ਇੱਥੇ ਤਰਬੂਜ ਨੇ, ਇੱਥੇ ਬੰਦ ਗੋਭੀ ਲੱਗੀ ਹੋਈ ਹੈ, ਤੁਹਾਡੇ ਇੱਥੇ ਗੰਢੇ ਲੱਗੇ ਹੋਏ ਨੇ ਖੇਤਾਂ ਦੇ ਵਿੱਚ, ਬਾਕੀ ਜਗ੍ਹਾ ਦੇ ਉੱਤੇ ਕਰੇਲਾ ਵੀ ਅਸੀਂ ਦੇਖ ਸਕਦੇ ਹਾਂ। ਇਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਦੀ ਦੇਖਭਾਲ ਚਾਹੀਦੀ ਹੋਵੇਗੀ, ਹੈ ਨਾ, ਕਿਸ ਤਰ੍ਹਾਂ ਇਹਨਾਂ ਦੀ ਹੁੰਦੀ ਹੈ, ਮੇਨਟੇਨੈਂਸ ਕਿਵੇਂ ਕਰਨੀ ਹੁੰਦੀ ਹੈ ਇਹਨਾਂ ਦੀ? ਦੇਖੋ ਜੀ, ਜਿਹੜਾ ਕਰੇਲੇ ਨੂੰ ਆ ਉਹ ਤਾਂ ਪਾਣੀ ਸਰਦੀ ਦੇ ਵਿੱਚ ਬਹੁਤ ਘੱਟ ਆਉਂਦਾ, ਪਾਣੀ ਜਿੰਨਾ ਵੱਧ ਲਾਵਾਂਗੇ ਉਨਾ ਵੇਲ ਪੀਲੀ ਪੈ ਜੂਗੀ, ਬਹੁਤ ਹੀ ਘੱਟ ਪਾਣੀ ਲਾਉਣੇ ਆ। ਬੰਦ ਗੋਭੀ ਨੂੰ ਪਾਣੀ ਵੱਧ ਲਾਉਣੇ ਆ ਕਿਉਂਕਿ ਇਹ ਫੁੱਲ ਬਹੁਤ ਪਾਣੀ ਜ਼ਿਆਦਾ ਖਾਂਦਾ ਜੀ। ਹਾਂਜੀ, ਭੂਕ ਮਲ ਜਾਣੀ ਆ, ਥੱਲੇ ਪਿਆਜ਼ ਨੀ ਬਣਦਾ ਜੀ। ਤੇ ਮੈਂ ਇੱਥੇ ਦੇਖਿਆ ਕਿ ਤੁਸੀਂ ਇੱਥੇ ਡ੍ਰਿਪ ਸਿਸਟਮ ਨੀ ਤੁਹਾਡੇ ਕੋਲ ਲੱਗਿਆ ਹੋਇਆ, ਤੁਸੀਂ ਫਲੱਡ ਇਰੀਗੇਸ਼ਨ ਕਰ ਰਹੇ ਹੋ ਨਾ, ਸਿੱਧੀ ਜਿਹੜੀ ਮੋਟਰ ਦਾ ਪਾਣੀ ਆ ਜਿਹੜਾ ਉਹੀ ਖੇਤਾਂ ਦੇ ਵਿੱਚ ਜਾਂਦਾ ਹੈ, ਉਹਦੇ ਵਿੱਚ ਤੁਹਾਨੂੰ ਕੀ ਲੱਗਦਾ, ਤੁਸੀਂ ਬੈਨੀਫਿਟ ਸੋਚਦੇ ਹੋ ਆਪਣਾ, ਕਿਉਂਕਿ ਡ੍ਰਿਪ ਇਰੀਗੇਸ਼ਨ ਜਿਹੜੀ ਥੋੜੀ ਮਹਿੰਗੀ ਪੈਂਦੀ ਹੈ? ਦੇਖੋ, ਜਿਹੜੀ ਡ੍ਰਿਪ ਸਿਸਟਮ ਹੈ ਜਾਂ ਆਪਣੇ ਫੁਫਾਰਾ ਸਿਸਟਮ ਹੈ, ਉਹ ਆਪਣੀ ਸਰਕਾਰ ਆਪਾਂ ਨੂੰ ਸਬਸਿਡੀ ਨਹੀਂ ਜੀ ਦਿੰਦੀ,
ਉਹ ਮਹਿੰਗਾ ਪੈਂਦਾ, ਉਹ ਤੁਹਾਡਾ ਤਕਰੀਬਨ 1,00,000 ਰੁਪਏ ਤੋਂ ਲੈ ਕੇ 1,10,000 ਰੁਪਏ ਤੱਕ ਕਿੱਲੇ ਦਾ ਖਰਚਾ। ਪਰ ਸਰਕਾਰ ਤਾਂ ਕਹਿੰਦੀ ਵੀ ਸੀ ਸਬਸਿਡੀ ਦਿੰਦੇ ਆ, ਮਤਲਬ ਕਿ ਜ਼ਮੀਨੀ ਪੱਧਰ ਤੇ ਨਹੀਂ ਪਹੁੰਚਦੀ? ਨਾ ਜੀ ਨਾ, ਕਿੱਥੇ ਸਰਕਾਰ ਸਬਸਿਡੀ ਦਿੰਦੀ ਆ ਜੀ, ਇਹ ਸਬਸਿਡੀ ਦਿੰਦੀ ਆਪਣੇ ਹਰਿਆਣੇ ਦੀ ਸਰਕਾਰ, ਆਪਣੀ ਪੰਜਾਬ ਦੀ ਸਰਕਾਰ ਬਿਲਕੁਲ ਵੀ ਸਬਸਿਡੀ ਨਹੀਂ ਦਿੰਦੀ ਜੀ। ਪਰ ਉਹ ਤਾਂ ਕਹਿੰਦੇ ਅਸੀਂ ਕਿਸਾਨਾਂ ਦਾ ਖਿਆਲ ਹੀ ਬਹੁਤ ਰੱਖਦੇ ਆ। ਨਾ ਜੀ, ਮੈਂ 2-3 ਵਾਰੀ ਫਾਰਮ ਭਰ ਕੇ ਦਿੱਤੇ ਨੇ, ਮੈਨੂੰ ਅੱਜ ਤੱਕ ਕਦੇ ਵੀ ਸਬਸਿਡੀ ਨਹੀਂ ਮਿਲੀ। ਹਾਂਜੀ, ਮੈਂ ਬੰਪ ਲਿਆ ਸੀਗਾ ਉਹਦੇ ਉੱਤੇ ਵੀ ਮੈਨੂੰ ਬਿਲਕੁਲ ਹੀ ਸਬਸਿਡੀ ਨਹੀਂ ਮਿਲੀ ਹੈਗੀ। ਮੈਂ ਕਿਵੇਂ ਕਹਾਂ ਜੀ ਸਬਸਿਡੀ ਮਿਲੀ ਆ, ਮੈਨੂੰ 21 ਸਾਲ ਹੋ ਗਏ ਇਸ ਏਰੀਏ 'ਚ ਖੇਤੀ ਕਰਦੇ ਨੂੰ, ਮੈਨੂੰ ਅੱਜ ਤੱਕ ਵੀ ਸਰਕਾਰ ਵੱਲੋਂ 1 ਰੁਪਈਆ ਵੀ ਸਬਸਿਡੀ ਦਾ ਆਇਆ ਹੋਵੇ। ਮੈਨੂੰ ਦਿਖਾ ਦੇਣ ਵੀ ਆਹ ਅਸੀਂ ਗਬੂਰ ਨੂੰ ਸਬਸਿਡੀ ਦਿੱਤੀ ਆ। ਮੈਂ 10 ਵਾਰੀ ਦਫ਼ਤਰਾਂ ਦੇ ਧੱਕੇ ਖਾ ਕੇ ਆ ਗਿਆ ਵੀ ਤੁਹਾਡੇ ਕੋਲ ਸਬਸਿਡੀ ਆਈ ਆ, ਤੁਹਾਡੀ ਸਬਸਿਡੀ ਆਈ ਆ, ਅੱਜ ਤੱਕ ਵੀ। ਹਾਂ, 1 ਵਾਰੀ ਮੈਨੂੰ 1 ਕਰੇਟ ਇਹਨਾਂ ਨੇ ਜ਼ਰੂਰ ਦਿੱਤਾ 200 ਸਬਸਿਡੀ ਦੇ ਉੱਤੇ, ਉਹ ਕਰੇਟ ਮੇਰੇ ਕੋਲ ਅੱਜ ਵੀ ਹੈਗਾ। ਮੈਂ ਥੋੜ੍ਹੀ ਆ ਵੀ ਸਬਸਿਡੀ ਤਾਂ ਚੀਜ਼ ਲੈਤੀ ਮੈਂ ਵੇਚ ਦਿਆਂ, ਮੇਰੇ ਆਪਣੇ ਕੰਮ ਆਉਂਦੀ ਆ, ਬਾਕੀ ਮੈਂ ਆਪਣੇ ਕੰਪਨੀ ਤੋਂ ਮੰਗਾਇਆ ਨੀਲ ਕਮਲ ਤੋਂ ਕਰੇਟ ਜੀ। ਹਾਂਜੀ, ਤੇ ਇੱਥੇ ਲੇਬਰ ਜਿਹੜੀ ਤੁਹਾਡੇ ਕੋਲੇ ਲੱਗੀ ਹੋਈ ਹੈ, ਕਿੰਨੀ ਕੁ ਲੇਬਰ ਇਸ ਵਕਤ ਤੁਹਾਡੇ ਕੋਲੇ ਆ ਤੇ ਪੱਕੀ ਆਉਂਦੀ ਆ ਉਹ? ਹਾਂਜੀ, ਮੇਰੇ ਕੋਲੇ ਤਕਰੀਬਨ ਇਹ 20 ਸਾਲ ਤੋਂ ਕੰਮ ਕਰਦੀਆਂ ਨੇ ਜੀ ਲੇਡੀਜ਼। ਹਾਂਜੀ, ਹੁਣ ਮੇਰੇ ਕੋਲੇ ਤਕਰੀਬਨ 20 ਕੁ ਜਣੀਆਂ ਨੇ ਤੇ 15 ਕੁ ਦਿਨਾਂ ਤਾਈਂ ਮੇਰੀ ਸਾਰੀ ਸਬਜ਼ੀ ਚੱਲ ਪੈਣੀ ਆ। ਮੇਰੇ ਕੋਲ 40-45 ਜਣੀਆਂ ਹੋ ਜਾਣਗੀਆਂ, ਬੰਦੇ ਓਨਲੀ ਮੇਰੇ ਕੋਲੇ ਸਿਰਫ 3 ਨੇ। ਤੇ ਜਦੋਂ ਤੁਸੀਂ ਖੇਤਾਂ ਦੇ ਵਿੱਚ ਇੱਥੇ ਕੰਮ ਕਰਨ ਲਈ ਪਹੁੰਚਦੇ ਹੋ, ਕਿੰਨਾ ਸਮੇਂ ਪੂਰਾ ਦਿਨ ਦੇ ਵਿੱਚ ਕਿੰਨਾ ਸਮਾਂ ਇੱਥੇ ਬਿਤਾਉਂਦੇ ਹੋ ਤੁਸੀਂ ਖੇਤੀਬਾੜੀ ਕਰਦੇ ਹੋਏ? ਮੈਂ 12 ਤੋਂ ਲੈ ਕੇ 14 ਘੰਟੇ ਬਿਤਾਉਣਾ ਜੀ ਆਪਣੇ ਖੇਤ ਦੇ ਵਿੱਚ। ਹਾਂਜੀ, ਲੈ ਲੇਬਰ ਦੇ ਨਾਲ ਲੱਗ ਕੇ ਆਪ ਕੰਮ ਕਰਾਉਣਾ ਜੀ, ਅਤੇ ਲੇਬਰ ਦੇ ਉੱਤੇ ਮੈਂ ਕੰਮ ਨਹੀਂ ਛੱਡਦਾ ਸਿਰ 'ਤੇ। ਜਦੋਂ ਪੈਕਿੰਗ ਕਰਨੀ ਆ, ਪੈਕਿੰਗ ਮੈਂ ਨਾਲ ਆਪ ਕਰਾਉਣਾ, ਅਤੇ ਜਦੋਂ ਕਟਾਈ ਕਰਨੀ ਆ, ਕਟਾਈ ਮੈਂ ਨਾਲ ਆਪ ਕਰਾਉਣਾ। ਹਾਂਜੀ, ਅਤੇ ਲੇਬਰ ਦਾ ਕੀ ਕੰਮ ਆ, ਲੇਬਰ ਫਿਰ ਕੀ ਕਰਦੀ ਤੁਹਾਡੇ ਖੇਤ 'ਚ? ਲੇਬਰ ਗੜਾਈ ਵੀ ਕਰਦੀ ਆ ਜੀ, ਤੜਾਈ ਵੀ ਕਰਦੀ ਆ, ਪੈਕਿੰਗ ਵੀ ਕਰਦੀ ਆ, ਗੱਡੀਆਂ ਵੀ ਲੋਡ ਕਰਦੀ ਆ ਜੀ ਲੇਬਰ ਮੇਰੀ। ਹਾਂਜੀ, ਅਤੇ ਜਿਸ ਤਰ੍ਹਾਂ ਤੁਸੀਂ ਹੈ ਨਾ ਗਫੂਰ ਸਾਹਿਬ ਦੱਸਿਆ ਕਿ 65 ਕਿੱਲੇ ਦੇ ਵਿੱਚ ਤੁਸੀਂ ਖੇਤੀ ਕਰ ਰਹੇ ਹੋ ਠੇਕੇ 'ਤੇ ਲੈ ਕੇ, ਕਈ ਜਿਹੜੇ ਕਿਸਾਨ ਹੁੰਦੇ ਨੇ ਉਹ ਤਾਂ ਫਿਰ ਥੋੜ੍ਹਾ ਜਿਹਾ ਨੱਕ ਉਹਨਾਂ ਦੀ ਉੱਚੀ ਹੋ ਜਾਂਦੀ ਹੈ ਜਦੋਂ ਉਹਨਾਂ ਨੂੰ ਇੰਨਾ ਮੁਨਾਫਾ ਹੋਣ ਲੱਗ ਜਾਂਦਾ ਇਸ ਚੀਜ਼ ਦੇ ਵਿੱਚੋਂ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਜਿਹੇ ਲੋਕਾਂ ਨੂੰ, ਕਿਉਂਕਿ ਉਹ ਕਈ ਵਾਰੀ ਕਹਿ ਦਿੰਦੇ ਕਿ ਸਾਨੂੰ ਤਾਂ ਉਹਨਾਂ ਮੁਨਾਫਾ ਮਿਲਦਾ ਹੀ ਨਹੀਂ ਜੀ? ਨਹੀਂ ਜੀ, ਉਹ ਖੇਤੀ ਆਪ ਕਰਨਗੇ ਜੀ ਫਿਰ ਤਾਂ ਬਣੂਗਾ ਜੀ, ਜੋ ਖੇਤੀ ਆਪ ਨਹੀਂ ਕਰਨਗੇ ਫਿਰ ਉਹਨਾਂ ਦੇ ਪੱਲੇ ਕੁਛ ਨਹੀਂ ਪੈਣਾ ਜੀ। ਖੇਤੀ ਉਹਨਾਂ ਨੂੰ ਆਪ ਕਰਨੀ ਚਾਹੀਦੀ ਹੈ ਨਾ ਜੀ। ਹੁਣ ਉਹ ਲੇਬਰ ਦੇ ਸਿਰ 'ਤੇ ਛੱਡ ਕੇ ਕਹਿ ਦੂਗਾ ਮੈਂ ਤਾਂ ਪਟਿਆਲੇ ਘੁੰਮ ਕੇ ਆਉਣਾ, ਮੈਂ ਨਾਭੇ ਘੁੰਮ ਕੇ ਆਉਣਾ, ਮੈਂ ਚੰਡੀਗੜ੍ਹ ਚੱਲਿਆ ਅੱਜ, ਬਾਅਦ 'ਚ ਸਬਜ਼ੀ ਨਹੀਂ ਹੋਣੀ, ਫਿਰ ਉਹ ਤਾਂ ਘਾਟਾ ਪੈਣਾ ਹੀ ਪੈਣਾ ਜੀ ਇਹਨਾਂ ਨੂੰ ਆਪ। ਲੇਕਿਨ ਇਹ ਨਹੀਂ, ਆਪਣੇ ਖੇਤ ਦੇ ਵਿੱਚ ਉਹਨੂੰ ਡਿਊਟੀ ਜੇ ਜ਼ਿਆਦਾ ਨਹੀਂ ਦੇ ਸਕਦਾ ਤਾਂ 4 ਜਾਂ 6 ਘੰਟੇ ਤਾਂ ਦੇਵੇ। ਹਾਂ, ਇਸ ਤੋਂ ਵੀ ਹੋਇਆ ਵੀ ਘੱਟ ਡਿਊਟੀ ਦੇ ਸਕਦਾ ਬੰਦਾ, ਹੁਣ ਇਹ ਥੋੜ੍ਹੀ ਆ ਵੀ ਮੈਂ ਉੱਥੇ ਡਿਊਟੀ ਹੋਣੀ ਦੇਣੀ, ਮੈਂ ਸਬਜ਼ੀ ਬੀਜਤੀ, ਮੈਂ ਲੇਬਰ ਦੇ ਸਿਰ 'ਤੇ ਛੱਡ ਕੇ ਚੱਲਿਆ ਜੀ, ਉਹ ਤਾਂ ਫਿਰ ਉਹਨਾਂ ਨੂੰ ਲੋਸ ਹੋਣਾ ਹੀ ਹੋਣਾ ਜੀ। ਬਾਕੀ ਮੇਰੇ ਕੋਲ ਦਿਨ ਦੇ ਵਿੱਚ ਆਉਂਦੇ ਨੇ 2-4 ਜ਼ਿਮੀਂਦਾਰ, ਮੈਂ ਉਹਨਾਂ ਨੂੰ ਗਾਈਡ ਕਰਦਾ ਜੀ ਵਧੀਆ ਤਰੀਕੇ ਦੇ ਨਾਲ, ਅੱਜ ਵੀ ਮੇਰੇ ਕੋਲ ਆਏ ਸੀਗੇ। ਹਾਂਜੀ, ਇਹਨਾਂ ਦੇ ਖੀਰਾ ਲਵਾਇਆ ਸੀਗਾ ਮੈਨੇ, ਬਹੁਤ ਸੋਹਣਾ ਖੜਾ ਖੀਰਾ ਇਹਨਾਂ ਦਾ ਚੱਲ ਪਿਆ, ਦੱਸਦੇ ਸੀਗੇ ਕਹਿੰਦੇ ਬਹੁਤ ਸੋਹਣਾ ਖੀਰਾ ਸਾਡਾ ਚੱਲ ਰਿਹਾ ਵੀ ਹੁਣ ਅਸੀਂ 2-3 ਕਿੱਲੇ ਤਰਬੂਜ਼ ਲਾਉਣਾ, ਸਾਨੂੰ ਤਰਬੂਜ ਦੱਸੋ ਕਿਹੜੀ ਵਰਾਇਟੀ ਲਾਉਣੀ ਆ। ਬਾਕੀ ਮੈਂ ਵਰਾਇਟੀਆਂ ਜੋ ਆਪਣੇ ਖੱਤੇ ਦੇ ਵਿੱਚ ਲਾਉਣਾ ਜੀ ਉਹ ਮੈਂ ਜ਼ਿਮੀਂਦਾਰਾਂ ਨੂੰ ਲਵਾਉਣਾ, ਜਿਹੜੇ ਲੇਕਿਨ ਕੰਮ ਨਹੀਂ ਆਪ ਕਰਦੇ ਉਹ ਲੇਬਰ ਦੇ ਸਿਰ 'ਤੇ, ਉਹ ਕਹਿੰਦੇ ਨੇ ਸਾਨੂੰ ਗਫੂਰ ਨੇ ਵਰਾਇਟੀ ਹੋਣੀ ਦਿੱਤੀ, ਵਰਾਇਟੀ ਤਾਂ ਆਪ ਹੀ ਨਹੀਂ ਦਿੱਤੀ ਜਾਂ ਕੰਮ ਹੀ ਨਹੀਂ ਕੀਤਾ। ਵਰਾਇਟੀ ਉਦੋਂ ਨਿਕਲੂਗੀ ਜਦੋਂ ਆਪਣੇ ਖੇਤ ਦੀ ਸਾਫ਼ ਸਫਾਈ ਔਰ ਗੜਾਈ ਔਰ ਪਾਣੀ ਟਾਈਮ ਸਿਰ ਔਰ ਸਪਰੇਅ ਟਾਈਮ ਸਿਰ, ਆਪੀ ਕੁਆਲਿਟੀ ਨਿਕਲਣੀ ਆ ਜੀ। ਅਤੇ ਕਪੂਰ ਸਾਹਿਬ, ਆਮ ਤੌਰ ਦੇ ਉੱਤੇ ਜਿਹੜੀ ਸਬਜ਼ੀਆਂ ਹੁੰਦੀਆਂ ਨੇ, ਸਬਜ਼ੀਆਂ ਦੀ ਪਨੀਰੀ ਜਿਹੜੀ ਉਹ ਹੀ ਲਾਉਣੀ ਪੈਂਦੀ ਹੈ ਖੇਤਾਂ ਦੇ ਵਿੱਚ, ਬੀਜ ਜਿਹੜਾ ਘੱਟ ਹੁੰਦਾ, ਪਨੀਰੀ ਤਿਆਰ ਆਪ ਕਰਦੇ ਹੋ? ਹਾਂਜੀ, ਪਨੀਰੀਆਂ ਅਸੀਂ ਸਾਰੀਆਂ ਆਪ ਤਿਆਰ ਕਰਕੇ ਲਾਉਣੇ ਆ ਜੀ। ਅਗਰ ਬੀਜ ਆਪਾਂ ਲਾਵਾਂਗੇ ਤਾਂ ਤੁਹਾਡਾ ਡਬਲ ਲੱਗੂਗਾ, ਕਿਉਂਕਿ ਬੀਜ ਬਹੁਤ ਕੋਸਟਲੀ ਨੇ, ਬੀਆਂ ਦੇ ਰੇਟ ਅੱਜ ਕੱਲ੍ਹ ਜਿਹੜੇ ਹਾਈਬ੍ਰਿਡ ਸੀਡ ਆ ਰਹੇ ਨੇ ਉਹ ਬਹੁਤ ਜ਼ਿਆਦਾ ਮਹਿੰਗੇ ਨੇ,
ਤੇ ਅਸੀਂ ਪਨੀਰੀਆਂ ਤਿਆਰ ਕਰਕੇ ਜੀ ਆਪ ਲਾਉਣੇ ਆ, ਬਾਕੀ ਮੈਂ ਜ਼ਿਮੀਦਾਰਾਂ ਨੂੰ ਵੀ ਪਨੀਰੀ ਬਹੁਤ ਦਿੰਦਾ ਜੀ। ਆਪਾਂ ਗੱਲ ਕਰੀਏ ਤਾਂ ਇੱਕ ਏਕੜ ਦੇ ਵਿੱਚ ਤੁਹਾਡੀ ਲਾਗਤ ਕਿੰਨੀ ਹੈ ਤੇ ਉਹਦੀ ਮੁਨਾਫਾ ਕਿੰਨਾ ਕੁ ਹੋ ਜਾਂਦਾ ਜੇ ਆਪਾਂ ਸਬਜ਼ੀਆਂ ਦੀ ਗੱਲ ਕਰੀਏ? ਦੇਖੋ ਮੈਡਮ, ਜਿਹੜੀ ਮੈਂ ਆਰਮੀ ਨੂੰ ਸਬਜ਼ੀ ਤਿਆਰ ਕਰਕੇ ਦਿੰਦਾ ਉਹਦੇ ਵਿੱਚ ਉਹ ਤੁਹਾਡਾ ਰੇਟ ਫਿਕਸ ਹੋ ਜਾਂਦਾ, ਉਹ ਸਾਨੂੰ ਪਤਾ ਵੀ ਇਹਦੇ ਚੋਂ 300 ਕੁਇੰਟਲ ਨਿਕਲੂ ਪਰ ਏਕੜ ਦੀ ਜਾਂ 250 ਕੁਇੰਟਲ ਨਿਕਲੂ, ਉਹਦੇ ਵਿੱਚੋਂ ਸਾਨੂੰ 10 ਤੋਂ ਲੈ ਕੇ 15,000 ਰੁਪਇਆ ਤੱਕ ਬਚ ਜਾਂਦਾ, ਜਿਹਦੇ ਵਿੱਚੋਂ 10,000 ਰੁਪਇਆ ਲੇਬਰ ਦਾ ਮੰਨ ਕੇ ਚੱਲੋ, 10,000 ਰੁਪਇਆ ਪਰ ਏਕੜ ਦਾ ਮੇਰੇ ਪੱਲੇ ਰਹਿ ਜਾਂਦਾ। ਲੇਕਿਨ ਜਿਹੜੀ ਅਸੀਂ ਮਾਰਕੀਟਿੰਗ ਕਰਦੇ ਹਾਂ ਸਬਜ਼ੀਆਂ, ਉਹਦੇ ਵਿੱਚੋਂ ਮੈਨੂੰ 20 ਤੋਂ ਲੈ ਕੇ 50,000 ਰੁਪਏ ਤੱਕ ਪਰ ਏਕੜ ਬਚ ਜਾਂਦਾ ਸਾਲ ਦਾ, ਇੱਕ ਦੋ ਸਬਜ਼ੀਆਂ ਚੋਂ ਜਿਹੜੀ ਅਸੀਂ ਇਹ ਲੋਡ ਟਰਨ ਕਰਕੇ ਬੀਜਦੇ ਹਾਂ ਸਬਜ਼ੀ, ਇਹਦੇ ਵਿੱਚੋਂ ਸਾਨੂੰ 50,000 ਰੁਪਇਆ 40,000 ਰੁਪਇਆ ਵੀ ਪਰ ਏਕੜ ਸਾਨੂੰ ਬਚ ਜਾਂਦਾ ਪਰ ਏਕੜ ਦੇ ਵਿੱਚੋਂ ਇੱਕ ਸਬਜ਼ੀ ਦੇ ਵਿੱਚੋਂ। ਹਾਂਜੀ, ਅਤੇ ਗਫੂਰ ਸਾਹਿਬ, ਜਿਸ ਤਰ੍ਹਾਂ ਆਪਾਂ ਦੇਖੀਏ ਪੰਜਾਬ ਦੇ ਜਿਹੜੇ ਅਸੀਂ ਹਾਲਾਤ ਦੇਖ ਰਹੇ ਹਾਂ, ਬਹੁਤ ਸਾਰੇ ਜਿਹੜੇ ਨੌਜਵਾਨ ਵਰਗ ਹੈ ਸਾਡਾ ਉਹ ਵਿਦੇਸ਼ਾਂ ਦਾ ਰੁੱਖ ਕਰ ਰਿਹਾ ਹੈ ਨਾ, ਤਾਂ ਜਿਹੜੇ ਕਿਸਾਨਾਂ ਦੇ ਕੋਲ ਕਾਫੀ ਜ਼ਮੀਨ ਹੈ ਉਹ ਆਪਣੇ ਜ਼ਮੀਨ ਵੇਚ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਸੱਚੀ ਮੁੱਚੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ? ਦੇਖੋ ਮੈਡਮ, ਉਹ ਬਾਹਰ ਭੇਜਦੇ ਨੇ, ਉੱਥੇ ਕਿਹੜਾ ਜਾ ਕੇ ਬਾਹਰ ਉਹ ਬੈਠਦੇ ਨੇ, ਉੱਥੇ ਜਾ ਕੇ ਵੀ ਕੰਮ ਕਰਦੇ ਨੇ, ਅਗਰ ਉਰੇ ਉਹ ਆਪਣੇ ਖੇਤੀ ਉਹਨਾਂ ਕੋਲ ਜ਼ਮੀਨ ਆਪਣੀ ਕਰਦੀ ਹੈ ਚਾਹੇ ਠੇਕੇ 'ਤੇ ਲੈ ਕੇ ਕਰਨ, ਲੇਕਿਨ ਉਰੇ ਕੰਮ ਕਰਨ, ਉਰੇ ਕੰਮ ਕਰਦੇ ਨਹੀਂ ਬਾਹਰ ਚਲੇ ਜਾਂਦੇ ਨੇ, ਕੰਮ ਤਾਂ ਅਗਰ ਉੱਤੇ ਵੀ ਕਰਨਾ ਪੈਂਦਾ, ਉਰੇ ਕੰਮ ਕਰਾਂਗੇ ਤਾਂ ਸਹੀ ਆ। ਹੁਣ ਮੇਰੇ 3 ਬੇਟੇ ਨੇ, 2 ਨੂੰ ਮੈਂ ਮੰਡੀ 'ਚ ਦੁਕਾਨ ਕੀਤੀ ਹੋਈ ਆ, ਇੱਕ ਪੜ੍ਹਦਾ PhD ਕਰ ਰਿਹਾ, ਲੇਕਿਨ ਉਹ ਵੀ ਮੇਰੇ ਨਾਲ ਆ ਕੇ ਖੇਤ ਦੇ ਵਿੱਚ ਹੱਥ ਵਟਾਉਂਦਾ, ਚਾਹੇ ਘੰਟਾ ਆਵੇ ਚਾਹੇ 2 ਘੰਟਾ ਆਵੇ, ਨਾਲੇ ਉਹਦਾ ਪ੍ਰੈਕਟੀਕਲ ਹੋ ਜਾਂਦਾ, ਨਾਲੇ ਉਹ ਆਪਣਾ ਮੇਰੇ ਨਾਲ ਕੰਮ ਕਰਾਉਂਦਾ ਜੀ। ਹਾਂਜੀ, ਤੇ ਤੁਸੀਂ ਕੀ ਅਪੀਲ ਕਰਨੇ ਚਾਹੋਗੇ ਅਜਿਹੇ ਲੋਕਾਂ ਨੂੰ ਜਿਹੜੇ ਦੇਖਾ ਦੇਖੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਰਾਹ ਤੇ ਨੇ? ਦੇਖੋ ਉਹਨਾਂ ਦੇ ਬੱਚਿਆਂ ਦੇ, ਹੁਣ ਇਹ ਜਿਹੜੇ ਮੇਰੇ ਕੋਲ ਕਸਟਮਰ ਆਏ ਸੀਗੇ, ਇਹਨਾਂ ਦਾ ਬੇਟਾ ਕਹਿੰਦਾ ਮੈਨੇ ਕੈਨੇਡਾ ਜਾਣਾ, ਮੇਰੇ ਕੋਲ ਆਇਆ ਉਹ ਮਲਚਿੰਗ ਲੈਣ ਅਤੇ ਬੀਜ ਲੈਣ, ਮੈਂ ਤੇ ਕੋਲੋਂ ਸਲਾਹ ਲੈਤੀ, ਮੇਰੇ ਕੋਲ ਇੱਕ ਘੰਟਾ ਬੈਠੇ, ਮੈਂ ਉਹਨੂੰ ਕਿਹਾ ਬੇਟਾ ਦੇਖ ਜੇ ਤੈਨੇ ਕੰਮ ਕਰਨਾ ਉੱਥੇ ਜਾ ਕੇ ਵੀ ਕਰਨਾ, ਤੂੰ ਉਰੇ ਡੈਡੀ ਨਾਲ ਕਰਾ, ਤੂੰ ਉੱਥੇ ਅਗਰ ਕਹਿ ਵੀ ਮੈਂ 2 ਲੱਖ ਰੁਪਈਆ ਸਾਲ ਦਾ ਕਮਾਊਂਗਾ, 4 ਲੱਖ ਰੁਪਈਆ ਕਮਾਊਂਗਾ, ਨਾਲੇ ਤਾਂ ਤੂੰ ਆਪਣੇ ਫੈਮਿਲੀ ਦੇ ਵਿੱਚ ਹੈ, ਨਾਲੇ ਤੂੰ ਆਪਦਾ ਉਰੇ ਕੰਮ ਕਰ। ਹੁਣ ਜੇ ਉਹ ਮੇਰੇ ਕੋਲੋਂ ਉਹਨਾਂ ਦਾ ਡੈਡੀ ਵੀ ਮੁੰਡਾ ਵੀ ਆਪ ਕੇ ਸਲਾਹ ਲੈ ਕੇ ਜਾਂਦੇ ਨੇ, ਵਧੀਆ ਕਾਰੋਬਾਰ ਚੱਲ ਪਿਆ ਉਹਨਾਂ ਦਾ, ਉਹ ਹੁਣ ਮੁੰਡਾ ਕਹਿੰਦਾ ਅੰਕਲ ਜੀ ਮੈਂ ਹੁਣ ਬਾਹਰੇ ਨਹੀਂ ਜਾਂਦਾ, ਮੈਂ ਆਪਣੇ ਡੈਡੀ ਨਾਲ ਹੀ ਹੈਲਪ ਕਰਾਊਂਗਾ। ਤੇ ਗਫੂਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ 83 ਦੇ ਵਿੱਚ ਸ਼ੁਰੂਆਤ ਕੀਤੀ ਸੀਗੀ ਆਪਣੇ ਕੰਮ ਦੀ, ਹੈ ਨਾ, ਖੇਤੀਬਾੜੀ ਦੇ, ਜਦੋਂ ਸਬਜ਼ੀਆਂ ਦਾ, ਜਦੋਂ ਤੁਹਾਡੇ ਬਜ਼ੁਰਗ ਵੀ ਇਹੀ ਕੰਮ ਕਰਦੇ ਸੀ ਜਾਂ ਤੁਸੀਂ ਸ਼ੁਰੂਆਤ ਕੀਤੀ ਹੌਲੀ ਹੌਲੀ, ਤੁਸੀਂ ਇਹ ਠੇਕੇ 'ਤੇ ਜ਼ਮੀਨ ਲੈਣੀ ਜਿਹੜੀ ਉਹ ਵਧਾਈ ਆਪਣੀ? ਨਹੀਂ ਦੇਖੋ, ਸਾਡੇ ਫਾਦਰ ਸਾਹਿਬ ਸੀਗੇ ਉਹ ਪਹਿਲਾਂ ਆਪਣੇ ਘਰ ਵਾਲੀ ਜ਼ਮੀਨ ਦੇ ਵਿੱਚ ਹੀ ਕਰਦੇ ਸੀਗੇ ਖੇਤੀ। ਹਾਂਜੀ, ਜਿਹੜੇ 5-6 ਕਿੱਲੇ ਸੀਗੇ, ਫਿਰ ਅਸੀਂ ਵੀ ਉਸੇ ਖੇਤ, ਸਾਡੇ ਫਾਦਰ ਸਾਹਿਬ ਦੀ 83 ਦੇ ਵਿੱਚ ਡੈਥ ਹੋ ਗਈ ਸੀਗੀ, ਫਿਰ ਅਸੀਂ ਉਹ 5-6 ਕਿੱਲਿਆਂ 'ਚ ਕਰਦੇ ਰਹੇ, ਹੌਲੀ ਹੌਲੀ ਬਸ ਖੇਤ ਅਸੀਂ ਵਧਾਉਂਦੇ ਗਏ ਜੀ, ਬਾਕੀ ਖੇਤੀ ਸਾਨੂੰ ਨੌਲੇਜ ਆ ਗਈ। ਹੁਣ ਜ਼ਿਮੀਦਾਰ ਕਹਿੰਦਾ ਵੀ ਮੈਨੂੰ, ਮੈਂ 40-50 ਕਿੱਲੇ ਨੇ ਮੇਰੇ ਕੋਲ, ਮੈਂ ਸਾਰੀ 'ਚ ਸਬਜ਼ੀ ਲਾ ਦਾਂ, ਲੇਕਿਨ ਉਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਹਾਂ ਬਿਲਕੁਲ, ਇਹ ਬਹੁਤ ਵੱਡਾ ਸਵਾਲ ਹੋ ਜਾਂਦਾ ਕਿ ਜਿਵੇਂ ਹੁਣ ਜਿਵੇਂ ਤੁਹਾਡੀ ਇੰਟਰਵਿਊ ਦੇਖੀਏ ਤਾਂ ਬਹੁਤ ਸਾਰੇ ਕਿਸਾਨ ਹੋਣਗੇ ਜਿਵੇਂ ਉਹਨਾਂ ਨੂੰ ਲੱਗਿਆ ਕਿ ਉਹ ਸਬਜ਼ੀਆਂ ਬੀਜਣੀ ਸ਼ੁਰੂ ਕਰ ਦੇਣਗੇ ਪਰ ਉਹ ਆਪਣੇ ਖੇਤ ਦੇ ਵਿੱਚ ਇੱਕੋ ਤਰ੍ਹਾਂ ਦੀ ਸਬਜ਼ੀ ਬੀਜ ਦਿੰਦੇ ਨੇ, ਉਹ ਥੋੜ੍ਹਾ ਨਹੀਂ ਹੋਣਾ ਚਾਹੀਦਾ। ਇਹ ਦੇਖੋ, ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਵੀ ਜ਼ਿਮੀਦਾਰ ਨੂੰ ਇੰਨਾ ਕੰਮ ਹੌਲੀ ਹੌਲੀ ਕੰਮ ਕਾਰ ਕਰਨਾ ਚਾਹੀਦਾ, ਲੇਕਿਨ ਮੇਰੇ ਕੋਲ ਹੁਣ ਜ਼ਿਮੀਦਾਰ, ਪਿਛਲੀ ਵੀਡੀਓ ਦੇਖ ਕੇ ਬਹੁਤ ਬੰਦੇ ਆ ਰਹੇ ਨੇ ਜਲੰਧਰ ਤੋਂ, ਅੰਮ੍ਰਿਤਸਰ ਤੋਂ, ਇੱਧਰ ਆਪਣੇ ਮੋਗੇ ਕਿੰਨੀਓਂ ਵੀ, ਲੁਧਿਆਣੇ ਤੋਂ ਵੀ, ਉਹਨਾਂ ਨੂੰ ਮੈਂ ਸਹੀ ਤਰੀਕੇ ਨਾਲ ਗਾਈਡ ਕਰਦਾ ਵੀ ਤੁਸੀਂ ਆਪਣਾ ਹੌਲੀ ਹੌਲੀ ਸਬਜ਼ੀਆਂ ਦੇ ਵਿੱਚ, ਉਹਨਾਂ ਨੂੰ ਸੀਡ ਵੀ ਤਕਰੀਬਨ ਵਧੀਆ ਕੰਪਨੀਆਂ 'ਚ ਦੱਸਦਾ ਵੀ ਇਹ ਬੀਜਣੇ ਨੇ, ਮੈਂ ਇਹ ਬੀਜਦਾ। ਕਈ ਵਾਰੀ ਪਤਾ ਕੀ ਹੁੰਦਾ, ਜ਼ਿਮੀਦਾਰ ਨੂੰ ਸੀਡ ਨਹੀਂ ਸਹੀ ਮਿਲਦਾ,
ਕਈ ਵਾਰੀ ਉਹ ਡੀਲਰ ਵੀ ਥੋੜਾ ਧੱਕਾ ਕਰਦੇ। ਹਾਂਜੀ ਹਾਂ, ਉਹਨਾਂ ਨੂੰ ਲੈਣ ਉਹ ਕੁਛ ਜਾਂਦੇ ਨੇ, ਦੇ ਦਿੰਦੇ ਨੇ ਕੁਛ। ਹਾਂਜੀ ਉਹ ਫੋਨ ਤੇ ਮੇਰੇ ਨਾਲ ਗੱਲਬਾਤ ਕਰ ਲੈਂਦੇ ਨੇ ਵੀ ਕਪੂਰ ਆਪਾਂ ਹੁਣ ਕਿਹੜਾ ਸੀਡ ਬੀਜੀਏ ਤੇ ਕਿਹੜਾ ਆਪਾਂ ਨੂੰ ਬੀਜਣਾ ਚਾਹੀਦਾ, ਕਿਹੜਾ ਬੈਨੀਫਿਟ ਰਹੂਗਾ। ਹਰ ਇੱਕ ਬਾਰੇ ਜੀ ਮੈਂ ਉਹਨਾਂ ਨੂੰ ਸਲਾਹ ਚੰਗੀ ਉਹ ਦਿੰਦਾ, ਅੱਜ ਤੱਕਰ ਮੈਂ ਕਦੇ ਕਿਸੇ ਨੂੰ ਮਾੜੀ ਸਲਾਹ ਨਹੀਂ ਦਿੱਤੀ। ਤੇ ਜਿਹੜੀ ਤੁਹਾਡੇ ਕੋਲ ਲੇਬਰ ਆ, ਤੁਸੀਂ ਉਹਨਾਂ ਨੂੰ ਜਿਹੜੀ ਪਰਮਾਨੈਂਟ, ਵੈਸੇ ਉੱਥੇ ਜੋਬ ਕਰ ਰਹੇ ਨੇ ਤੁਹਾਡੇ ਕੋਲ, ਤੇ ਤੁਸੀਂ ਉਹਨਾਂ ਨੂੰ ਡੇਲੀ ਵੇਜਿਸ ਤੇ ਰੱਖਿਆ ਹੋਇਆ ਜਾਂ ਫਿਰ ਉਹਨਾਂ ਨੂੰ ਮਹੀਨੇ ਦਾ ਦਿੰਦੇ? ਨਹੀਂ ਜੀ ਨਹੀਂ, ਉਹਨਾਂ ਨੂੰ ਮੈਂ 10 ਦਿਨਾਂ ਬਾਅਦ ਸਾਫ਼ ਕਰਦਾ ਜੀ ਲੇਬਰ ਦਾ, ਕਿਉਂਕਿ ਹਾਂਜੀ ਕਿਉਂਕਿ ਲੇਬਰ 'ਚ ਕੋਈ ਵੀ ਲੇਬਰ ਹੈ ਉਹ ਆਪਣੀ ਮਜਬੂਰੀ ਨੂੰ ਆਉਂਦੀ ਆ, ਜੇ ਮੈਂ ਮਹੀਨੇ ਬਾਅਦ ਸਾਫ਼ ਕਰਾਂ ਤਾਂ ਉਹਨਾਂ ਦਾ ਖਰਚ ਪਾਣੀ ਨਹੀਂ ਚੱਲਦਾ। ਹਾਂਜੀ 10 ਦਿਨਾਂ ਬਾਅਦ ਹੀ ਮੈਂ ਉਹਨਾਂ ਦਾ ਹਿਸਾਬ ਕਿਤਾਬ ਕਰਕੇ, ਜੇ ਕਿਸੇ ਲੇਬਰ ਵਾਲੀ ਨੂੰ ਕੋਈ 1,500 ਦੀ 2,000 ਦੀ ਲੋੜ ਹੈ ਤਾਂ ਮੈਂ ਉਹ ਵੀ ਦੇ ਦਿੰਦਾ, ਵੀ ਨਾ ਇਹ ਮੇਰੇ ਕੋਲ ਪੁਰਾਣੇ ਬੰਦੇ ਨੇ, ਕੋਈ ਗੱਲ ਨਹੀਂ। ਹਾਂਜੀ ਤੇ ਕਪੂਰ ਸਾਹਿਬ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਵੱਟਾਂ ਦੇ ਉੱਤੇ ਵੀ ਤੁਸੀਂ ਪਿਆਜ਼ ਲਾਇਆ ਹੋਇਆ, ਇਹਦਾ ਕਿਹੜੇ ਮੰਤਵ ਦੇ ਨਾਲ ਲਾਇਆ ਹੋਇਆ? ਮੈਡਮ ਜਿਹੜਾ ਵੱਟਾਂ ਦੇ ਉੱਤੇ ਪਿਆਜ਼ ਲੱਗੂ ਨਾ ਇਹ ਮੋਟਾ ਹੋ ਜਾਂਦਾ, ਅਗਰ ਆਪਾਂ ਪਲੇਨ ਜਗ੍ਹਾ 'ਤੇ ਲਾਵਾਂਗੇ ਤਾਂ ਪਿਆਜ਼ ਬਰੀਕ ਰਹਿ ਜਾਂਦਾ। ਵੱਟਾਂ ਕੱਢ ਕੇ ਹੀ ਪਿਆਜ਼ ਲੱਗਣਾ ਚਾਹੀਦਾ, ਪਿਆਜ਼ ਮੋਟਾ ਹੋ ਜਾਂਦਾ। ਇੱਕ ਇਹਦੀ ਸੇਫਟੀ ਵੱਧ ਜਾਂਦੀ ਆ ਵੀ ਪਿਆਜ਼ ਜਿੰਨਾ ਚਿਰ ਆਪਾਂ ਮਰਜ਼ੀ ਰੱਖ ਲਓ ਇਹ ਪਿਆਜ਼ ਖਰਾਬ ਨਹੀਂ ਹੁੰਦਾ, ਜੇ ਬਰਸਾਤ ਵੀ ਪਊਗੀ ਤਾਂ ਇਹ ਪਿਆਜ਼ ਗਲਦਾ ਨਹੀਂ ਹੈਗਾ, ਇਹ ਪਿਆਜ਼ ਬਹੁਤ ਵਧੀਆ ਰਹਿੰਦਾ। ਹਾਂਜੀ ਤੇ ਬਾਕੀ ਜਿਹੜਾ ਇੱਦਾਂ ਹੁੰਦਾ ਵੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਾਂ ਸਬਜ਼ੀਆਂ ਦੀ ਵੀ ਚੋਣ ਕਰਨੀ ਹੁੰਦੀ ਹੈ ਨਾ, ਤਾਂ ਉਹਦਾ ਵੀ ਹੈਗਾ ਵੀ ਜੇ ਜਿਹੜੇ ਕਿਸਾਨ ਸਾਡੇ ਦੇਖ ਰਹੇ ਨੇ ਉਹ ਤੁਹਾਡੇ ਤੋਂ ਜਾਣਕਾਰੀ ਲੈ ਰਹੇ ਹੋਣਗੇ ਤਾਂ ਉਹਨਾਂ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ? ਮਿੱਟੀ ਦੀ ਪਰਖ ਜ਼ਰੂਰੀ ਹੁੰਦੀ ਹੈ ਨਾ? ਹਾਂ ਮੈਡਮ, ਇਹ ਮਿੱਟੀ ਦੀ ਪਰਖ ਜ਼ਰੂਰੀ ਹੈ, ਜ਼ਮੀਨ ਦੇ ਉੱਤੇ ਹੀ ਡਿਪੈਂਡ ਕਰੂਗਾ ਵੀ ਇਸ ਖੇਤ ਦੇ ਵਿੱਚ ਆਪਣੀ ਕੀ ਸਬਜ਼ੀ ਹੋ ਜਾਊਗੀ। ਜਿਵੇਂ ਹੁਣ ਮੇਰਾ ਕਰੇਲਾ ਲਾਏ ਹੋਇਆ ਉਹ ਕਰੇਲੇ ਵਾਲੇ ਖੇਤ ਨੇ, ਜਿੱਥੇ ਪੱਤਾ ਗੋਭੀ ਲਾਈ ਉਹ ਪੱਤਾ ਗੋਭੀ ਵਾਲੇ ਖੇਤ ਨੇ, ਜੇ ਮੈਂ ਪੱਤਾ ਗੋਭੀ ਵਾਲੀ ਜਗ੍ਹਾ ਕਰੇਲਾ ਲਾ ਦਾਂ ਤਾਂ ਉਰੇ ਕਾਮਯਾਬ ਨਹੀਂ ਹੋਣਾ, ਕਿਉਂਕਿ ਇਹ ਜ਼ਿਆਦਾ ਰੇਤਾ ਹੈ, ਰੇਤੇ ਦੇ ਵਿੱਚ ਕਰੇਲਾ ਕਾਮਯਾਬ ਨਹੀਂ ਹੋਣਾ। ਇਹ ਥੋੜ੍ਹੀ ਜਿਹੀ ਮੈਰੀ ਜ਼ਮੀਨ ਹੋਣੀ ਚਾਹੀਦੀ ਹੈ, ਜਿਵੇਂ ਕਰੇਲੇ ਦੀ ਹੋ ਗਈ, ਬੈਂਗਣ ਦੀ ਹੋ ਗਈ, ਇਹਦੇ ਵਾਸਤੇ ਰੇਤਾ ਬਹੁਤ ਹੀ ਬੂਟਾ ਉਨਾ ਗਰੋਥ ਨਹੀਂ ਕਰਦਾ ਹੈਗਾ। ਤੇ ਜਿਹੜੀ ਅਸੀਂ ਮਲਚਿੰਗ ਸ਼ੀਟਸ ਦੇਖ ਰਹੇ ਹਾਂ ਵੀ ਕਿਹੜੀ ਕਿਹੜੀਆਂ ਜਿਹੜੀਆਂ ਫਸਲਾਂ ਹੁੰਦੀਆਂ ਨੇ ਉਹਦੇ ਵਾਸਤੇ ਮਲਚਿੰਗ ਜ਼ਰੂਰੀ ਹੁੰਦੀ ਹੈ, ਤੇ ਇਹਦੇ 'ਤੇ ਵੀ ਥੋੜ੍ਹਾ ਖਰਚਾ ਜ਼ਿਆਦਾ ਹੋ ਜਾਂਦਾ ਹੈ ਨਾ? ਦੇਖੋ ਮੈਡਮ, ਐਤਕੀ ਮੈਂ ਬੈਂਗਣ ਵੀ ਆ ਉਹ ਵੀ ਮਲਚਿੰਗ 'ਤੇ ਲਾਇਆ, ਕਰੇਲਾ ਉਹ ਵੀ ਮੇਰੇ ਮਲਚਿੰਗ 'ਤੇ ਲੱਗੇ ਆ, ਸਿਰਫ ਓਨਲੀ ਇਕੱਲੀ ਮੇਰੀ ਬੰਦ ਗੋਭੀ ਆ ਜਿਹੜੀ ਮਲਚਿੰਗ 'ਤੇ ਨਹੀਂ, ਬਾਕੀ ਮੇਰੀਆਂ ਸਾਰੀਆਂ ਸਬਜ਼ੀਆਂ ਐਤਕੀ ਮਲਚਿੰਗ 'ਤੇ ਲੱਗੀਆਂ ਹੋਈਆਂ ਨੇ, ਮਲਚਿੰਗ 'ਤੇ ਮੈਨੂੰ ਬਹੁਤ ਹੀ ਬੈਨੀਫਿਟ ਮਿਲੇ ਆ। ਕਾਰਨ ਕੀ ਹੈ, ਮਲਚਿੰਗ ਕਿਸ ਵਾਸਤੇ ਕਰਾਉਂਦੇ ਹੋ? ਇੱਕ ਤਾਂ ਜੀ ਵੇਲ ਦੁੱਗਣਾ ਗਰੋਥ ਕਰ ਜਾਂਦੀ ਹੈ ਇਹਦੇ 'ਤੇ, ਇੱਕ ਇਹਦੇ 'ਤੇ ਕਵਾੜ ਦੀ ਬਹੁਤ ਹੀ ਘੱਟ ਖਰਚਾ ਆਉਂਦਾ, ਲੇਬਰ ਦਾ ਬਹੁਤ ਫਰਕ ਪੈ ਜਾਂਦਾ ਜੀ, ਇੱਕ ਜਿਹੜੀ ਕੁਆਲਿਟੀ ਆ ਉਹ ਬਹੁਤ ਵਧੀਆ ਬਣ ਜਾਂਦੀ ਹੈ ਜੀ। ਹਾਂਜੀ ਇਹਦੇ ਕਰਕੇ। ਅਤੇ ਗਫੂਰ ਸਾਹਿਬ, ਕਈ ਵਾਰੀ ਦਿੱਕਤ ਆ ਜਾਂਦੀ ਹੈ ਕਈ ਸਬਜ਼ੀਆਂ ਦੇ ਵਿੱਚ ਜਿਹੜੀ ਸੁੰਡੀਆਂ ਪੈ ਜਾਂਦੀਆਂ ਨੇ ਜਾਂ ਫਿਰ ਕਿਸੇ ਤਰ੍ਹਾਂ ਦੀ ਉਹਨਾਂ ਨਾਲ ਬਿਮਾਰੀ ਹੁੰਦੀ ਆ, ਉਹਨਾਂ ਨੂੰ ਕਿਵੇਂ ਤੁਸੀਂ ਟੈਕਲ ਕਰਦੇ? ਮੈਡਮ ਜਿਹੜੀਆਂ ਇਹ ਦਵਾਈਆਂ ਨੇ ਮੈਂ ਜਪਾਨ ਦੀਆਂ ਵਰਤਦਾ ਇਹ, ਲੇਕਿਨ ਕੋਸਟਲੀ ਬਹੁਤ ਨੇ ਇਹ, 12,000 ਰੁਪਏ ਤੋਂ ਲੈ ਕੇ 18,000 ਰੁਪਏ ਤੱਕ ਲੀਟਰ ਨੇ। ਇਹ ਦਵਾਈਆਂ ਮੈਂ ਬਹੁਤ ਹੀ ਘੱਟ ਵਰਤਦਾ, ਕਿਉਂਕਿ ਇਹ ਦਵਾਈਆਂ ਬਹੁਤ ਹੀ ਸਰੀਰ ਨੂੰ ਹਾਨੀਕਾਰਕ ਘੱਟ ਨੇ ਦਵਾਈਆਂ, ਇਹ ਜਿਹੜੀਆਂ ਮੈਂ ਜਪਾਨ ਦੀਆਂ ਵਰਤਦਾ, ਲੇਕਿਨ ਸਬਜ਼ੀਆਂ 'ਤੇ ਸਾਰੀਆਂ 'ਤੇ ਮੈਂ ਇਹੀ ਵਰਤਦਾ, ਪਹਿਲਾਂ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਵਰਤਦਾ, ਫਿਰ ਜਦੋਂ ਕੋਈ ਸਾਨੂੰ ਬਿਮਾਰੀ ਦੇਖਦੀ ਹੈ ਥੋੜ੍ਹੀ ਜਿਹੀ ਵੱਧ ਪਾਉਣੇ ਆ, ਲੇਕਿਨ ਨਹੀਂ ਇਹੀ ਦਵਾਈਆਂ ਵਰਤਦਾ, ਕਿਉਂਕਿ ਜਿਹੜੀ ਮੈਂ ਆਰਮੀ ਨੂੰ ਸਬਜ਼ੀ ਦਿੰਦਾ ਨਾ, ਕਿਉਂਕਿ ਉਹ ਚੈੱਕ ਵੀ ਕਰਦੇ ਨੇ ਵੀ ਇਹਨਾਂ 'ਚ ਇੰਡੀਅਨ ਦਵਾਈ ਤਾਂ ਨਹੀਂ, ਜ਼ਿਆਦਾ ਜ਼ਹਿਰ ਤਾਂ ਨਹੀਂ ਪਈ ਹੋਈ, ਕਿਉਂਕਿ ਇਹ ਉਹ ਦਵਾਈਆਂ ਪਾਉਣ ਨਾਲ ਇਹਦੇ ਵਿੱਚ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਹੁੰਦੀ ਹੈ, ਕਿਉਂਕਿ ਅਸੀਂ ਘਰ ਦੇ ਵਿੱਚ ਮੇਰੀ ਲੇਬਰ ਵੀ ਅਸੀਂ ਸਾਰੀਆਂ ਸਬਜ਼ੀਆਂ ਇਹੀ ਆਪਣੇ ਘਰਾਂ ਦੇ ਵਿੱਚ ਵਰਤਦੇ ਹਾਂ ਜੀ, ਇਹ ਸਬਜ਼ੀਆਂ ਉਹ ਦਵਾਈ ਪਾਉਣ ਨਾਲ ਇਹ ਸਬਜ਼ੀਆਂ ਬਹੁਤ ਵਧੀਆ ਹੁੰਦੀਆਂ ਨੇ। ਅਤੇ ਕਪੂਰ ਸਾਹਿਬ, ਅਲੱਗ ਅਲੱਗ ਸਬਜ਼ੀਆਂ ਬੀਜਣ ਦਾ ਇੱਕ ਤਾਂ ਇਹ ਹੋ ਗਿਆ ਵੀ ਨੁਕਸਾਨ ਤੁਹਾਡਾ ਘੱਟ ਹੁੰਦਾ, ਦੂਜੀ ਗੱਲ ਇਹ ਹੋਰ ਕੀ ਇਹਦੇ ਬੈਨੀਫਿਟ ਹੁੰਦੇ ਨੇ ਵੀ ਤੁਸੀਂ ਅਲੱਗ ਅਲੱਗ ਤਰ੍ਹਾਂ ਦੀ ਸਬਜ਼ੀਆਂ ਜਾਂ ਫਿਰ ਜਿਹੜੇ ਫਲ ਆ ਉਹ ਬੀਜੋ?
ਦੇਖੋ ਮੈਡਮ, ਜਿਹੜੀਆਂ ਅਸੀਂ ਅਲੱਗ ਅਲੱਗ ਸਬਜ਼ੀਆਂ ਬੀਜਦੇ ਹਾਂ, ਇੱਕ ਤਾਂ ਸਾਨੂੰ ਸਭ ਤੋਂ ਬੈਨੀਫਿਟ ਇਹ ਮਿਲ ਜਾਂਦਾ ਵੀ 2 ਮਹੀਨੇ ਖੇਤ ਇਹ ਪਹਿਲਾਂ ਵਿਹਲੀ ਹੋ ਗਿਆ, ਉਹ 2 ਮਹੀਨੇ ਬਾਅਦ 'ਚ ਹੋਇਆ, ਅਸੀਂ ਇਹਦੀ ਵਾਹ ਵਾਹੀ ਕਰਕੇ ਦੂਸਰੀ ਨਵੀਂ ਸਬਜ਼ੀ ਲਾ ਦਿੰਦੇ ਹਾਂ, ਜਾਨੂੰ ਇਹ ਚੱਲਣ ਵਾਲੀ ਹੁੰਦੀ ਹੈ, ਜਾਨੂੰ ਦੂਸਰਾ ਖੇਤ ਵਿਹਲੀ ਹੋ ਗਿਆ, ਉਹ ਵਿਹਲੀ ਹੋ ਗਿਆ, ਉਸ ਤੋਂ ਬਾਅਦ ਉਹ ਖੇਤ 'ਚ ਫਿਰ ਤੀਸਰਾ ਵਿਹਲੀ ਹੋ ਗਿਆ। ਇਹ ਸਾਨੂੰ ਇਹਦੇ ਵਿੱਚ ਇਹ ਬਹੁਤ ਬੈਨੀਫਿਟ ਮਿਲਦਾ ਜੀ, ਕਿਉਂਕਿ ਜੇ 1 ਲੱਖ ਤਾਂ ਅਸੀਂ, ਹਾਂਜੀ ਜੇ ਅਸੀਂ 1 ਸਬਜ਼ੀਆਂ ਲਾ ਦਈਏ ਤਾਂ ਸਾਡੇ ਖੇਤ 1 ਲੱਖ ਤਾਂ ਵਿਹਲੀ ਹੋਣਗੇ, ਫਿਰ ਮੇਰੀ ਲੇਬਰ ਵੀ ਵਿਹਲੀ ਬੈਠੂ, ਮੈਂ ਵੀ ਘਰੇ ਵਿਹਲਾ ਬੈਠਣਾ ਪੈ ਜੂਗਾ ਜੀ। ਇਸ ਕਰਕੇ ਅਸੀਂ ਖੇਤ ਬਾਈ ਖੇਤ ਸਬਜ਼ੀ ਟਰਨ ਬਾਈ ਟਰਨ ਲਾਉਂਦੇ ਚਲੇ ਜਾਂਦੇ ਹਾਂ ਜੀ। ਹਾਂਜੀ, ਜਿਹੜੀਆਂ ਇੱਥੇ ਵੇਲਾਂ ਵਾਲੀਆਂ ਸਬਜ਼ੀਆਂ, ਤੁਹਾਡੇ ਕੋਲ ਕਰੇਲਾ ਵਾ ਇਸ ਵਕਤ, ਜਿਹੜੇ ਖਰਬੂਜੇ ਅਤੇ ਤਰਬੂਜ ਵੀ ਨੇ ਤੁਹਾਡੇ ਕੋਲ, ਅਤੇ ਇਹ ਵੇਲਾਂ ਵਾਲੀਆਂ ਸਬਜ਼ੀਆਂ ਹੁੰਦੀਆਂ, ਇਹਨਾਂ ਨੂੰ ਫੰਗਸ ਦੀ ਪ੍ਰੋਬਲਮ ਬਹੁਤ ਛੇਤੀ ਆ ਜਾਂਦੀ ਹੈ ਨਾ, ਤਾਂ ਉਹਨੂੰ ਕਿਵੇਂ ਤੁਸੀਂ ਫਿਰ ਡੀਲ ਕਰਦੇ ਹੋ? ਇਹ ਜਿਹੜੀ ਫੰਗਸ ਦਵਾਈ ਆਉਂਦੀ ਆ ਜੀ, ਇੱਕ ਤਾਂ ਜ਼ਿਆਦਾ ਪਾਣੀ ਦੇ ਦੇਣ ਦੇ ਨਾਲ, ਸਭ ਤੋਂ ਵੱਧ ਮੇਨ ਪਾਣੀ ਦੇ ਕਾਰਨ ਜੀ, ਜਿਹੜੀ ਫੰਗਸ ਆਊਗੀ ਉਹ ਪਾਣੀ ਦੀ ਵਜ੍ਹਾ ਨਾਲ ਹੀ ਆਊਗੀ। ਕਿਉਂਕਿ ਮੈਂ ਤਰਬੂਜ ਲਾਏ ਹੋਏ ਆ, ਜਿੱਦੇ ਨਾਲ ਲੱਗਿਆ ਲੋਕਾਂ ਨੇ 10-10 ਸਪਰੇਆਂ ਕਰਤੀਆਂ, ਮੈਂ ਅਜੇ ਤੱਕ 1 ਵੀ ਸਪਰੇ ਨਹੀਂ ਕਰੀ, ਸਿਰਫ 1 ਸਪਰੇ ਕਰੀ ਸੀਗੀ, 1 ਟਾਰਾ ਦੀ, ਉਹ ਵੀ ਤੇਲੂਏ ਦਾ ਖਤਰਾ ਸੀਗਾ, ਲੇਕਿਨ ਮੇਰੇ ਤੇਲੂਆ ਨਹੀਂ ਆਇਆ, ਮੇਰੀ ਫੰਗਸ 1 ਪੱਤਾ ਨਹੀਂ ਹੈਗਾ ਅੱਜ। ਹਾਂਜੀ ਹਾਂ ਬਿਲਕੁਲ ਜੀ, ਇਹ 'ਚ ਕਬਾੜ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਹੀ, ਕਿਉਂਕਿ ਜ਼ਿਮੀਂਦਾਰਾਂ ਦੇ ਐਤਕੀ ਮੈਂ ਦੇਖਿਆ ਕਈ ਖੇਤਾਂ ਦੇ ਵਿੱਚ ਮੌਸਮ ਦੇ ਕਾਰਨ ਉਹਨਾਂ ਤੋਂ ਗੜਾਈਆਂ ਹੀ ਨਹੀਂ ਹੋਈਆਂ, ਕਿਉਂਕਿ ਮੌਸਮ ਐਤਕੀ ਜ਼ਿਆਦਾ ਠੰਡ ਵੀ ਪੈ ਗਈ, ਲੇਕਿਨ ਲੋਹ ਟਰਨ ਕੀਤੀ ਹੋਈ ਸੀਗੀ ਉਹਨਾਂ ਦੇ, ਲੇਕਿਨ ਉਹਨਾਂ ਨੇ ਗੁੜਾਈ ਨਹੀਂ ਕੀਤੀ, ਉਹ 'ਚ ਫੰਗਸ ਬਹੁਤ ਆਈ ਹੈ। ਇਸ ਵਾਰ ਤਕਰੀਬਨ ਜ਼ਿਮੀਂਦਾਰਾਂ ਨੇ 3-3, 4-4 ਵਾਰੀ ਬੀਜ ਲਾਏ ਨੇ। ਹਾਂਜੀ ਗਫੂਰ ਸਾਹਿਬ, ਜਿਹੜਾ ਸਿੰਚਾਈ ਤੁਸੀਂ ਕਰ ਰਹੇ ਹੋ ਹੈ ਨਾ, ਕਿਉਂਕਿ ਤੁਹਾਡੇ ਕੋਲ ਵੇਲਾਂ ਵਾਲੀਆਂ ਸਬਜ਼ੀਆਂ ਨੇ, ਪਿਆਜ਼ ਨੇ, ਇਹ ਜਿਹੜੀਆਂ ਸਬਜ਼ੀਆਂ ਹੁੰਦੀਆਂ ਨੇ, ਇਹਨਾਂ ਨੂੰ ਪਾਣੀ ਬਹੁਤ ਲਿਮਿਟਿਡ ਮਾਤਰਾ ਦੇ ਵਿੱਚ ਚਾਹੀਦਾ, ਜੇ ਜ਼ਿਆਦਾ ਪਾਣੀ ਦਿੱਤਾ ਗਿਆ ਤਾਂ ਖਰਾਬ ਹੋ ਸਕਦੀ ਹੈ ਫਸਲ, ਕਿਵੇਂ ਉਹਨੂੰ ਮੈਨੇਜ ਕਰਦੇ ਹੋ? ਦੇਖੋ ਮੈਡਮ, ਮੇਰੇ ਲਾਏ ਨੇ ਐਤਕੀ ਪੈਪ 1 ਕਿਲੇ ਬਾਈ ਕਿਲੇ ਦੇ, ਕਿਲੇ ਕਿਲੇ ਨੂੰ ਹੀ ਮੇਰਾ ਪਾਣੀ ਕੀਤਾ ਹੋਇਆ, ਲੇਕਿਨ ਜੇ ਮੈਨੂੰ ਦਿਖਦਾ ਵੀ ਕਿਸੇ ਖੇਤ ਦੇ ਵਿੱਚ ਪਾਣੀ ਵੱਧ ਪੈ ਗਿਆ, ਉਹ ਅਸੀਂ ਪਾਣੀ ਦੂਸਰੇ ਖੇਤ ਦੇ ਵਿੱਚ ਕੱਢ ਦਿੰਦੇ ਹਾਂ, ਕਿਉਂਕਿ ਮੇਰੇ ਖੇਤਾਂ ਦੀ ਜਿਹੜੀ ਉੱਚਾਈ ਨਿਆਈ ਬਹੁਤ ਹੈ, ਕੋਈ ਖੇਤ ਉੱਚਾ ਹੈ, ਕੋਈ ਉਦੋਂ ਨੀਮ ਹੈ, ਕੋਈ ਉਦੋਂ ਨੀਮ ਹੈ, ਇਸ ਕਰਕੇ ਮੈਂ ਪਾਣੀ ਦੇ ਸਾਰੇ ਪੈਪ ਲਾਏ ਹੋਏ ਨੇ ਜੀ। ਜਿਹੜੇ ਕਿਸਾਨ ਹੁੰਦੇ ਨੇ, ਇਹ ਅੰਨ ਦੇ ਦਾਤੇ ਕਹੇ ਜਾਂਦੇ ਨੇ, ਕਿਉਂਕਿ ਇਹਨਾਂ ਦੇ ਵੱਲੋਂ ਜਿਹੜੀਆਂ ਸਬਜ਼ੀਆਂ ਉਗਾਈਆਂ ਜਾਂਦੀਆਂ ਨੇ, ਫਸਲਾਂ ਉਗਾਈਆਂ ਜਾਂਦੀਆਂ ਨੇ, ਉਹ ਸਾਡੇ ਘਰਾਂ ਤੱਕ ਸਪਲਾਈ ਹੁੰਦੀਆਂ ਨੇ, ਅਸੀਂ ਉਹੀ ਸਬਜ਼ੀਆਂ ਖਾਂਦੇ ਹਾਂ, ਅਤੇ ਇਹਨਾਂ ਨੂੰ ਇਸੇ ਕਰਕੇ ਅੰਨਦਾਤਾ ਵੀ ਕਿਹਾ ਜਾਂਦਾ, ਅਤੇ ਇਹਨਾਂ ਨੇ ਵੀ ਕੁਝ ਉਮੀਦਾਂ ਹੁੰਦੀਆਂ ਨੇ ਸਰਕਾਰਾਂ ਤੋਂ ਹੁੰਦੀਆਂ ਨੇ ਕਿ ਇਹਨਾਂ ਦੇ ਭਲੇ ਵਾਸਤੇ ਵੀ ਸਰਕਾਰਾਂ ਕੁਝ ਕਦਮ ਚੁੱਕਣ, ਜਾਣਦੇ ਹਾਂ ਕਿ ਇਹ ਕੀ ਅਪੀਲ ਕਰਨਾ ਚਾਹੁੰਦੇ ਨੇ ਸਰਕਾਰ ਨੂੰ? ਦੇਖੋ ਮੈਡਮ, ਮੇਰਾ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਹੈ ਵੀ ਜਦੋਂ ਅਸੀਂ ਸਬਜ਼ੀਆਂ ਲਾਉਣੀਆਂ, ਸਾਨੂੰ ਕੁਛ ਨਾ ਕੁਛ ਸਰਕਾਰ ਵੱਲੋਂ ਸਬਸਿਡੀ ਮਿਲਣੀ ਚਾਹੀਦੀ ਆ, ਜਿੰਨੀਆਂ ਵੀ ਅਸੀਂ ਸਬਜ਼ੀਆਂ ਲਾਉਣੇ ਆ, ਕਿਉਂਕਿ ਸਰਕਾਰ ਸਾਨੂੰ ਸਬਸਿਡੀ ਕਹਿ ਤਾਂ ਦਿੰਦੀ ਆ ਵੀ ਅਸੀਂ ਦੇਵਾਂਗੇ, ਲੇਕਿਨ ਉਹ ਸਬਸਿਡੀ ਸਾਨੂੰ ਨਹੀਂ ਦਿੰਦੀ। ਹੁਣ ਹਰਿਆਣੇ ਦੀ ਸਰਕਾਰ ਹੈ, ਉੱਧਰ ਰਾਜਸਥਾਨ ਦੀ ਸਰਕਾਰ ਹੈ, ਉਹ ਜ਼ਿਮੀਂਦਾਰਾਂ ਨੂੰ ਬਹੁਤ ਸਪੋਰਟ ਕਰ ਰਹੀ ਹੈ ਜੀ, ਆਪਣੇ ਪੰਜਾਬ ਦੀ ਸਰਕਾਰ ਬਿਲਕੁਲ ਵੀ ਸਪੋਰਟ ਨਹੀਂ ਕਰ ਰਹੀ, ਕਿਉਂਕਿ ਤਕਰੀਬਨ ਦੇਖ ਲਓ ਵੀ ਮੈਨੂੰ 20-22 ਸਾਲ ਹੋ ਗਏ ਖੇਤੀ ਕਰਦੇ ਨੂੰ, ਉਰੇ ਵੱਡੇ ਲੈਵਲ 'ਤੇ ਕਈ ਵਾਰੀ ਕਹਿੰਦੇ ਨੇ ਸਬਸਿਡੀ ਆਈ ਹੈ, ਸਬਸਿਡੀ ਆਈ ਹੈ, ਲੇਕਿਨ ਅੱਜ ਤੱਕ ਵੀ ਮੈਨੂੰ ਕਦੇ ਕੋਈ ਸਬਸਿਡੀ ਨਹੀਂ ਜੀ ਮਿਲੀ। ਸਿਰਫ ਕਰੇਟ ਮੈਨੂੰ ਮਿਲਿਆ ਸੀਗਾ 200, ਉਹਦੇ 'ਤੇ ਮੈਨੂੰ ਸਬਸਿਡੀ ਮਿਲੀ ਸੀਗੀ, ਉਸ ਤੋਂ ਬਾਅਦ ਦੇਖੋ ਸਬਜ਼ੀਆਂ 'ਤੇ ਕਦੇ ਵੀ ਮੈਨੂੰ ਸਬਸਿਡੀ ਨਹੀਂ ਮਿਲੀ। ਜਿਹੜੀ ਹਰਿਆਣੇ ਦੇ ਵਿੱਚ ਹੈ, ਉਹ ਸਬਸਿਡੀ ਸਬਜ਼ੀਆਂ ਦੇ ਉੱਤੇ ਬਹੁਤ ਜ਼ਿਆਦਾ ਦੇ ਰਹੀ ਹੈ ਜੀ, ਐਕਣਾ ਵੀ ਸਰਕਾਰ ਨੂੰ, ਚਲੋ ਹਰਿਆਣੇ ਜਿੰਨੀ ਨਹੀਂ, ਉਸ ਤੋਂ ਅੱਧੀ ਤਾਂ ਸਾਨੂੰ ਸਬਸਿਡੀ ਦੇਣੀ ਚਾਹੀਦੀ ਹੈ, ਕਿਉਂਕਿ ਤਾਂ ਹੀ ਪੰਜਾਬ ਦੇ ਵਿੱਚ ਖੇਤੀਬਾੜੀ ਦਾ ਜੋ ਵਧੂਗਾ, ਕਿਉਂਕਿ ਹੁਣ ਕਹਿੰਦੇ ਨੇ ਵੀ ਕਣਕਣਾ ਬੀਜੋ, ਜੀਰੀ ਨਾ ਬੀਜੇ, ਜ਼ਿਮੀਂਦਾਰ ਕੀ ਕਰੇ? 50,000 ਲੈ ਕੇ 60,000 ਰੁਪਏ ਤੱਕ ਪਰ ਏਕੜ ਦਾ ਖਰਚਾ, ਜ਼ਿਮੀਂਦਾਰ ਕਹਿੰਦਾ ਵੀ ਮੈਂ 50-60,000 ਰੁਪਏ ਦੀ ਤਾਂ ਮੇਰੀ ਕਣਕ ਨਹੀਂ ਹੋਈ, 50-60,000 ਦੀ ਮੇਰੀ ਜੀਰੀ ਨਹੀਂ ਹੋਈ, ਮੈਂ ਸਬਜ਼ੀ ਤੋਂ ਕਿੱਥੇ ਖਰਚਦਾ? ਜੇ ਸਰਕਾਰ ਮਾੜੀ ਮੋਟੀ ਵੀ ਸਪੋਰਟ ਕਰੇ
ਤਾਂ ਯਾਨੀ ਕਿ ਪੰਜਾਬ ਦੇ ਵਿੱਚ ਆਪਣਾ ਸਬਜ਼ੀ ਦਾ ਲੇਵਲ ਵਧੂਗਾ। ਹਾਂਜੀ, ਅਤੇ ਗਫੂਰ ਸਾਹਿਬ, ਜਿਵੇਂ ਕਈ ਕਿਸਾਨ ਹੁੰਦੇ ਨੇ ਜਿਹੜੇ ਉਹ ਰਵਾਇਤੀ ਖੇਤੀ ਨੂੰ ਛੱਡਣਾ ਨਹੀਂ ਚਾਹੁੰਦੇ, ਜਿਵੇਂ ਕਣਕ, ਜੀਰੀ, ਝੋਨਾ ਉਹਨਾਂ ਦੇ ਵੱਲੋਂ ਉਗਾਇਆ ਜਾਂਦਾ, ਤਾਂ ਇਹ ਹੋਣਾ ਚਾਹੀਦਾ ਕਿ ਉਹਨਾਂ ਨੂੰ ਵੀ ਥੋੜ੍ਹਾ ਰਕਬਾ ਜਿਹੜਾ ਆਪਣਾ ਸਬਜ਼ੀਆਂ ਨੂੰ ਦੇਣਾ ਚਾਹੀਦਾ? ਦੇਖੋ ਮੈਡਮ, ਮੈਂ ਤਾਂ ਇਹੀ ਕਹਿਣਾ, ਜਿਹਦੇ ਕੋਲ 50-60 ਕਿੱਲੇ ਆ ਉਹਨੂੰ 10 ਕੁ ਕਿੱਲੇ ਸਬਜ਼ੀਆਂ ਵਾਸਤੇ ਰੱਖਣੇ ਚਾਹੀਦੇ ਨੇ, ਜਿਹਦੇ ਕੋਲ 20 ਕਿੱਲੇ ਆ ਉਹਨੂੰ 5 ਕਿੱਲੇ ਰੱਖਣੇ ਚਾਹੀਦੇ ਨੇ, ਕਿਉਂਕਿ ਉਹਦਾ ਆਈ ਚਲਾਈ ਦਾ ਖਰਚਾ ਡੇਲੀ ਦਾ ਚੱਲੂਗਾ। ਜਿਹਦੇ ਕੋਲ 10 ਕਿੱਲੇ ਨੇ ਉਹਨੂੰ 2 ਕਿੱਲੇ ਰੱਖਣੇ ਚਾਹੀਦੇ ਨੇ, ਬਾਕੀ ਆਪਣਾ 8 ਕਿੱਲਿਆਂ 'ਚ ਕਣਕ ਜੀਰੀ ਬੀਜੇ, ਉਹ 2 ਕਿੱਲਿਆਂ ਤੋਂ ਖੇਤੀ ਸ਼ੁਰੂ ਕਰੂਗਾ, ਉਹਨੂੰ ਹੌਲੀ ਹੌਲੀ ਨਾਲੇ ਤਾਂ ਰੋਜ਼ ਦੀ ਆਮਦਨ ਆਊਗੀ, ਨਾਲੇ ਉਹਨੂੰ ਤਜਰਬਾ ਆਈ ਜਾਊਗਾ, ਉਸ ਤੋਂ ਬਾਅਦ ਚਾਹੇ ਉਹ ਕਿੱਲਾ ਹੋਰ ਵਧਾ ਲਾਵੇ। ਹਾਂਜੀ ਹਾਂ, ਨਾਲੇ ਸਬਜ਼ੀਆਂ ਛੇਤੀ ਤਿਆਰ ਹੁੰਦੀ ਆ ਜੀ, 2 ਮਹੀਨਿਆਂ 'ਚ ਤਿਆਰ ਹੁੰਦੀ ਆ ਜੀ ਸਬਜ਼ੀ, ਕੋਈ ਵੀ ਲਾ ਲਓ ਤੁਸੀਂ, ਸਿਰਫ ਸਰਦੀਆਂ ਦੀ ਸਬਜ਼ੀ ਆ ਜਿਹੜੀ 3-4 ਮਹੀਨੇ ਲੈਂਦੀ ਆ ਤਿਆਰ ਹੋਣ ਲਈ ਜੀ। ਅਗਰ ਆਪਾਂ ਗਰਮੀਆਂ ਦੇ ਵਿੱਚ ਖੇਤੀ ਕਰਾਂਗੇ, ਹੁਣ ਖੀਰੇ ਦੀ ਵਰਾਇਟੀ ਹੈ ਜੀ, ਉਹ 40-45 ਦਿਨਾਂ 'ਚ ਆ ਜਾਂਦੀ ਆ, ਜ਼ਿਮੀਂਦਾਰ ਉਹ 2 ਫਸਲਾਂ ਲੈ ਸਕਦਾ ਜੀ, ਲੇਕਿਨ ਉਹਦੀ ਆਮਦਨ ਵੀ ਵਧੀਆ, ਨਾਲੇ ਡੇਲੀ ਦੇ ਪੈਸੇ ਆਉਣਗੇ, ਠੀਕ ਹੈ ਨਾ ਜੀ, ਆਪਦਾ ਘਰ ਦਾ ਖਰਚਾ ਵਧੀਆ ਚਲਾਊਗਾ। ਹੁਣ ਉਹ ਕਣਕ ਜੀਰੀ ਬੀਜ ਕੇ ਵਿਹਲਾ ਹੋ ਜਾਂਦਾ, ਕਹਿਣਾ ਤਾਂ ਲਓ ਜੀ ਹੁਣ ਉਹ ਕਰੇ ਵੀ ਕੀ, ਕਿਉਂਕਿ ਜਦ ਸਰਕਾਰ ਮਾੜੀ ਮੋਟੀ ਵੀ ਸਪੋਰਟ ਕਰੇ ਨਾ, ਸਰਕਾਰ ਬਿਲਕੁਲ ਸਪੋਰਟ ਨਹੀਂ। ਹਾਂਜੀ ਹਾਂ, ਹੁਣ ਕਹਿੰਦੇ ਨੇ ਕਿਸਾਨ ਨੂੰ ਕਹਿੰਦੇ ਨੇ ਵੀ ਕਣਕ ਜੀਰੀ ਨਾ ਬੀਜੋ, ਜ਼ਿਮੀਂਦਾਰ ਹੋਰ ਬੀਜੇ ਵੀ ਕੀ, ਕਿਉਂਕਿ ਇਹਦੇ ਉੱਤੇ ਖਰਚਾ ਬਹੁਤ ਹੈ ਜੀ ਸਬਜ਼ੀਆਂ ਦੇ ਉੱਤੇ। ਹਾਂਜੀ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਨੂੰ? ਸਾਨੂੰ 20 ਸਾਲ ਹੋ ਗਏ ਜੀ ਕੰਮ ਕਰਦੇ ਨੂੰ। 20 ਸਾਲ ਹੋ ਗਏ? ਹਾਂਜੀ। ਤੇ ਤਨਖਾਹ ਫਿਰ ਵੱਧਦੀ ਜਾਂਦੀ ਹੈ ਉਹ ਸਮੇਂ ਸਮੇਂ ਨਾਲ? ਹਾਂਜੀ, ਵੱਧਦੀ ਹੈ ਜੀ। ਠੀਕ ਹੈ। ਹਾਂਜੀ, ਤੇ ਗਫੂਰ ਸਾਹਿਬ ਅੱਜ ਕੈਮਰੇ ਮੂਰੇ ਕੰਮ ਕਰਦੇ ਦੇਖ ਰਿਹਾ, ਕਈ ਕਹਿੰਦੇ ਨੇ ਵੀ ਖੇਤਾਂ ਦੇ ਵਿੱਚ ਕੰਮ ਬਸ ਕੈਮਰੇ ਦੇ ਵਿੱਚ ਹੀ ਕੰਮ ਕਰਦੇ ਨੇ ਕਿ? ਨਹੀਂ ਜੀ, ਕਰਦੇ ਆ ਨਾਲ ਲੱਗ ਕੇ ਕਰਦੇ ਆ, ਉਹ ਦੱਸੀ ਜਾਂਦੇ ਕਰਾਈ ਜਾਂਦੇ, ਅਸੀਂ ਨਾਲ ਨਾਲ ਕਰੀ ਜਾਂਦੇ ਹਾਂ ਜੀ ਕੰਮ ਉਹਨਾਂ ਦੇ। ਬਹੁਤ ਵਧੀਆ ਜੀ ਕੰਮ ਚੱਲਦਾ ਜੀ, ਜਿਵੇਂ ਕਹਿੰਦੇ ਆ ਉਵੇਂ ਅਸੀਂ ਕਰੀ ਜਾਂਦੇ ਹਾਂ ਜੀ। ਹਾਂਜੀ, ਬਹੁਤ ਸਮੇਂ ਹੋ ਗਏ ਜੀ, 8-10 ਸਾਲ ਹੋ ਗਏ ਕੰਮ ਕਰਦੇ। ਹਾਂਜੀ, ਜਿਸ ਤਰ੍ਹਾਂ ਕੰਮ ਇੱਥੇ ਆ ਕੇ ਸਿੱਖਿਆ ਜਾਂ ਫਿਰ ਪਹਿਲਾਂ ਤੋਂ ਆਉਂਦਾ ਸੀ? ਨਾ ਜੀ, ਅਸੀਂ ਉਰੇ ਆ ਕੇ ਸਿੱਖਿਆ ਕੰਮ, ਪਹਿਲਾਂ ਤਾਂ ਨਹੀਂ ਕਰਦੇ ਸੀਗੇ ਜੀ। ਠੀਕ ਹੈ ਜੀ। ਹਾਂਜੀ, ਤੇ ਗਫੂਰ ਸਾਹਿਬ ਦੇ ਵੱਲੋਂ ਪੂਰੀ ਸਪੋਰਟ ਮਿਲਦੀ ਹੈ ਵੀ ਜਿਸ ਤਰ੍ਹਾਂ ਕੰਮ ਹੁੰਦਾ? ਹਾਂਜੀ ਹਾਂਜੀ ਹਾਂਜੀ। ਛੁੱਟੀ ਮਿਲ ਜਾਂਦੀ ਹੈ ਜੀ, ਜਦੋਂ ਜ਼ਿਆਦਾ ਲੋੜ ਪੈਂਦੀ ਹੈ, ਮਜਬੂਰੀ ਹੁੰਦੀ ਹੈ, ਫਿਰ ਛੁੱਟੀ ਦੇ ਦਿੰਦੇ। ਨਹੀਂ, ਕੰਮ ਸਾਡਾ ਰੁਟੀਨ ਨਾਲ ਚੱਲਦਾ ਜੀ। ਠੀਕ ਹੈ ਜੀ, ਬਹੁਤ ਵਧੀਆ ਕੰਮ ਹੈਗਾ ਜੀ। ਘਰੋਂ ਸਪੋਰਟ ਕਰਦੇ ਸਾਰੇ? ਹਾਂਜੀ, ਸਾਰੇ ਸਪੋਰਟ ਕਰਦੇ ਆ ਵਧੀਆ। ਹਾਂਜੀ, ਭੇਜਦੇ ਨੇ, ਖੁਸ਼ ਰਹਿੰਦੇ ਅਸੀਂ ਵੀ ਉਰੇ ਕੰਮ ਕਰਕੇ, ਹੋਰ ਕਿਤੇ ਮੰਜੀ ਕੰਮ ਵੀ ਨਹੀਂ ਚੰਗਾ ਕਰਦੇ ਅਸੀਂ, ਉਰੇ ਹੀ ਖੁਸ਼ ਰਹਿੰਦੇ ਹਾਂ। ਹਾਂਜੀ ਹਾਂਜੀ, ਪੈਸੇ ਦੇਣ ਵੇਲੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਕਦੇ ਵੀ, ਇਸੀ ਲਈ ਅਸੀਂ ਬਸ ਉਰੇ ਸਿਰ ਕੱਢ ਕੇ ਕੰਮ ਕਰਦੇ ਹਾਂ ਜੀ। ਹਾਂਜੀ ਹਾਂਜੀ, ਬਹੁਤ ਵਧੀਆ ਉਰੇ ਕੰਮ ਕਰਦੇ ਹਾਂ ਜੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਐਪੀਸੋਡ ਜ਼ਰੂਰ ਪਸੰਦ ਆਇਆ ਹੋਵੇਗਾ। ਇਸ ਬਾਬਤ ਜੇਕਰ ਤੁਹਾਡੇ ਕੋਲ ਕੋਈ ਵੀ ਸਵਾਲ ਜਾਂ ਫਿਰ ਸੁਝਾਅ ਹੈ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ 'ਤੇ ਕਮੈਂਟ ਕਰ ਸਕਦੇ ਹੋ। ਕੈਮਰਾਮੈਨ ਗਗਨ ਦੇ ਨਾਲ ਜਸਮੀਤ ਕੌਰ। ਸਤਿ ਸ਼੍ਰੀ ਅਕਾਲ, ਕੀ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ? ਆਇਲਸ ਵਿੱਚ ਓਵਰਆਲ ਤਾਂ  6 ਬੈਂਡ ਆ ਗਏ, ਪਰ ਇੱਕ ਮੋਡਿਊਲ ਜਾਂ 2 ਮੋਡਿਊਲ ਵਿੱਚ 5.5 ਬੈਂਡ ਰਹਿ ਗਏ, ਇੱਥੇ ਵੀ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ। ਅੱਜ ਹੀ ਸੰਪਰਕ ਕਰੋ ਪਿਰਾਮਿਡ ਈ ਸਰਵਿਸਿਜ਼ ਨਾਲ ਔਰ ਕੈਨੇਡਾ ਸਟੂਡੈਂਟ ਵੀਜ਼ੇ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ। ਕਾਲ ਕਰੋ 9253 9563 9253 9253।